लेटेस्ट अपडेट दे ले अल्ट्रा चैनल नु सब्सक्राइब करो ते बेल आइकॉन नु प्रेस करो। ये फिल्म पूरी तरह से मनोरंजन के उद्देश्य से बनाई गई है। ये अलौकिक मान्यताएं या प्रथाओं का समर्थन या प्रोत्साहन नहीं करती है। ਤੁਸੀਂ ਤਾਂ ਕਿਹਾ ਸੀ ਤੁਹਾਡੀ ਗੱਡੀ ਖਰਾਬ ਹੋ ਗਈ ਹੈ।
पर ये तो एक्सीडेंट वर्गा लग रहा है। कि तुसी मेरे नाल पुलिस स्टेशन जाओगे? प्लीज टॉयलेट जान ले एदी की लोड़ है हाथ विच क्रॉस लेके टॉयलेट कर जाएगा के छी मेनू जानवर तो डर लगता है मैं भूतां नाल पंगा नहीं ले सकदा इसलिए क्रॉस लेके जा रहे हैं ऐसा कुछ नहीं हो सकता शो ऑफ तो बहुत करता है हां ते हर वक्त मेरे ते चलाउंदा रहंदा ते जानवरां ते भी डरदा मेरे नाल चलना तू पागल है के मैं क्यों तेरे नाल आवां प्लीज चलना यार पर मेनू तो नहीं आई ना ओथे जाके सिर्फ खड़े रह इधर इधर तेरे हाथ विच क्रॉस है फिर क्यों डर रहे हैं जे हिंदू भूत आ गए तो चल हसियो एक नंबर दा फट्टू इंसान है चल अगे राजीव गुस्से विच लग रहा है ए बेचारा तो सो रहा है हां ओही कोड़े बेच के हां हो गया तेरा नहीं यार हो गया नहीं हुण के मैं तेनू लाइव अपडेट देंदा रहवा मैं तो बस पूछ रहा सी हो गया तो आ जावांगा यार इतने रहने लई नहीं आया मेरी मां दी आवाज डर गया ना ओ तेरा परछावा है और कुछ नहीं चल हुण उठ भी जा ओए मेरा हाथ टूट सकदा सी यार चल ना मैं छड्डांगा नहीं तेनू ओ खड़दा हुण ज्यादा दंद कंडन दी लोड़ नहीं है कुछ ज्यादा ही खुश लग रहे दोवें हाँ? सुनना पानी दी बोतल फड़ा हाँ आले के दीता ठीक तरह टॉल भी नहीं करन देता तानू देखना चाहिए था कि मैं फाड़ के ही हूँ मैं ना की किता तू वो ते खड़ा सी ते आप दे परेशान देख के डर गया ते डर दे मरे थले डेग पे एक नंबर दा फट्टू है सुहरे तो आप पा यही रास्ता लिया सी ਕਿੰਨਾ ਸੋਹਣਾ ਹੈ ਨਾ ਹਾਂ ਵਾਕਈ ਕਿੰਨੇ ਦਿਨਾਂ ਤੋਂ ਮੈਂ ਟ੍ਰਿਪ ਤੇ ਜਾਣਾ ਚਾਹੁੰਦੀ ਸੀ ਹੂੰ
ਬਸ ਵਾਲੀ ਤਾਂ ਅੱਖਾਂ ਮੀਚ ਕੇ ਚਲਾਉਂਦੇ। ਕੀ ਹੋਇਆ? ਮਰਦੇ ਮਰਦੇ ਬਚੇ ਕੇ? ਓਏ ਕਿੱਥੇ ਆਪਾਂ? ਤੂੰ ਚੁੱਪਚਾਪ ਸੌਂ ਜਾ। ਇਹੋ ਜਿਹੇ ਜਗ੍ਹਾ ਤੇ ਇਹੀ ਸਭ ਹੁੰਦਾ। ਗਾੜੀ ਚਲਾਉਣੀ ਆਉਂਦੀ ਨੀ, ਬੱਸ ਚਲਾਉਂਦੇ ਪਏ। ਹੋਰ ਕੀ, ਗੱਡੀ ਤਾਂ ਇਹ ਲੋਕ ਏਦਾਂ ਚਲਾਉਂਦੇ ਨੇ ਜਿੱਦਾਂ ਇਹ ਰੋਡ ਇਹਨਾਂ ਦੇ ਪਿਓ ਦੀ ਹੋਵੇ। ਬੱਸ ਨਾ ਹੋ ਗਈ, ਹਵਾਈ ਜਹਾਜ਼ ਹੋ ਗਿਆ ਜਿਵੇਂ। ਕਿੱਥੇ ਆ ਆਪਾਂ? ਹੋਰ ਕਿੱਥੇ, ਹਾਈਵੇ ਤੇ। ਸਾਡੇ ਇੱਥੇ ਤਾਂ ਬਹੁਤ ਸਾਰੇ ਲੋਕਾਂ ਨੂੰ ਬਿਠਾ ਲੈਂਦੇ ਨੇ। ਪਾਗਲ ਹੋਏਗੀ ਤੂੰ, ਸੜੀ ਜਾਨ ਲੈ ਕੇ ਰਹੂਗਾ ਤੂੰ। ਕਿੱਥੇ ਵੇਖ ਕੇ ਗੱਡੀ ਚਲਾਉਂਦਾ ਪਿਆ ਸੀ ਉਹ? ਹਾਏ ਰੱਬਾ, ਇਸ ਤਰ੍ਹਾਂ ਉਹ ਗੱਡੀ ਚਲਾਉਂਦਾ ਹੈ? ਓਏ ਹਾਂ, ਠੀਕ ਹੈ, ਚੁੱਪ ਰਹੋ ਤੁਸੀਂ। ਸੜੀ ਜਾਨ ਲੈ ਕੇ ਮਰਨੇਗਾ ਤੂੰ? ਮੈਨੂੰ ਵੀ ਮਰਨ ਦਾ ਸ਼ੌਂਕ ਨੀਗਾ। ਪਤਾ ਹੈ ਗੱਡੀ ਖੱਡੇ ਵਿੱਚ ਡਿੱਗ ਸਕਦੀ ਸੀ। ਡਿੱਗੀ ਤਾਂ ਨਹੀਂ ਨਾ। ਨਿਤੀਸ਼, ਗੱਡੀ ਪਿੱਛੇ ਲੈ, ਛੇਤੀ ਕਰ ਬਾਈ, ਹੁਣੇ ਹੁੰਦੀ ਆਪਾਂ ਟਿਕਾਣੇ ਕਰਦੇ ਹਾਂ। ਛੱਡ ਨਾ, ਆਪਾਂ ਲੋਕ ਵਿਆਹ ਲਈ ਲੇਟ ਹੋ ਜਾਾਂਗੇ। ਵਿਆਹ ਵਿਆਹ ਦਾ ਛੱਡ, ਅਸੀਂ ਲੰਚ ਵੇਲੇ ਤਾਂ ਪਹੁੰਚ ਹੀ ਜਾਣਗੇ। ਤੂੰ ਗੱਡੀ ਘੁਮਾ। ਨਹੀਂ ਪਾਗਲ, ਜੇ ਤੁਹਾਡੇ ਲੋਕਾਂ ਨਾਲ ਆਉਣ ਲਈ ਕਹਿਤਾ। ਚੁੱਪ ਰਹੋ ਭਾਈ, ਤੂੰ ਗੱਡੀ ਘੁਮਾ, ਚੱਲ। ਦੇਖ ਕੇ ਚਲਾ ਸਕਦਾ ਕਿ ਅੰਨਾ ਹੋਇਆ ਹੈ, ਕਿੱਥੋਂ ਕਿੱਥੋਂ ਆ ਜਾਂਦੇ ਨੇ। ਆ ਚੁੱਪ ਚੁੱਪ ਦੇਖੋ, ਚੱਲ। ਬਾਈ ਤੇਜ਼ ਚਲਾ। ਛੋੜ ਨਾ ਭਾਈ, ਦਿਸ ਵੀ ਨਹੀਂ ਰਿਹਾ। ਜ਼ਿਆਦਾ ਦੂਰ ਨਹੀਂ ਗਿਆ ਹੋਊਗਾ। ਜ਼ਿਆਦਾ ਦੂਰ ਨਹੀਂ ਗਿਆ ਹੋਣਾ। ਅਰੇ ਮੈਂ ਬੋਲ ਰਿਹਾ ਨਾ। ਤੁਸੀਂ ਲੋਕ ਪਲੀਜ਼ ਸ਼ਾਂਤ ਹੋ ਜਾਓ। ਤੂੰ ਥੋੜਾ ਧਿਆਨ ਨਾਲ ਚਲਾ ਲਾ। ਅਸੀਂ ਪਹਿਲਾਂ ਹੀ ਵਿਆਹ ਦੇ ਲਈ ਲੇਟ ਹੋ ਚੁੱਕੇ ਹਾਂ। ਗੱਡੀ ਪਕਾ, ਓਵਰਟੇਕ ਕਰ ਉਹਨੂੰ। ਲੋਕਰ ਉਹਨੂੰ, ਲੋਕਰ ਲੋਕਰ ਜਲਦੀ ਚਲਾ। ਬਚਿਆ ਕਿੰਨਾ ਬਦਤਮੀਜ਼ ਬੰਦਾ ਸੀ ਯਾਰ ਇਹ। ਆਹੋ, ਗੱਲ ਕਰਨ ਦੀ ਤਮੀਜ਼ ਨਹੀਂ ਹੈ, ਦਿਮਾਗ ਖਰਾਬ ਕਰਤਾ। ਪਤਾ ਨੀ ਕਿੱਥੋਂ ਕਿੱਥੋਂ ਆ ਜਾਂਦੇ ਨੇ। ਸਹੀ ਕਹਿ ਰਿਹਾ ਯਾਰ, ਮੈਂ ਤਾਂ ਕੁੱਟਣ ਵਾਲਾ ਸੀ, ਉਹ ਤਾਂ ਬਸ ਛੱਡਤਾ ਮੈਂ। ਮੈਂ ਕਿਹਾ ਚਲੋ ਵਿਆਹ 'ਚ ਜਾਣਾ, ਹੋਰ ਕੀ। ਉੱਪਰ ਤੋਂ ਧਮਕੀ ਦੇ ਰਿਹਾ ਸੀ, ਲੋਕਲ ਹੈ, ਐਵੇਂ ਬੋਲ ਰਿਹਾ ਸੀ। ਮੰਤਾ ਕਰ ਰਿਹਾ ਸੀ, ਉਹਦੇ ਦੰਦ ਭੰਨਦਾ, ਆਪਦੇ ਪਿਓ ਦਾ ਰਾਹ ਮੰਨ ਰਿਹਾ ਸੀ। ਇੱਥੋਂ ਦਾ ਲੋਕਲ ਡਰਾਈਵਰ ਨਾ, ਥਾਂ ਕਰਕੇ ਬੜਾ ਉਛਲ ਰਿਹਾ ਸੀਗਾ। ਇਸ ਲਈ ਤਾਂ ਸਾਰਿਆਂ ਨੇ ਦਾਦਾਗਿਰੀ ਕਰ ਰਿਹਾ ਸੀ। ਇੱਥੇ ਦੇ ਲੋਕਲ ਗੁੰਡੇ ਹੋਣਗੇ, ਹੋਰ ਕੀ। ਗੁੰਡੇ ਹੋਣਗੇ ਤਾਂ ਕੁਛ ਵੀ ਕਰਨਗੇ।
पता नहीं तू पिछा ही क्यों किता। ਅਸੀਂ ਵਿਆਹ ਤੇ ਜਾਣਾ ਸੀ ਨਾ ਤਾਂ ਕਰਕੇ ਬਚ ਗਿਆ ਨਹੀਂ ਤਾਂ ਅੱਜ ਤੱਕ ਗਿਆ ਸੀ ਕੰਮ ਬਸ। ਓਹੋ ਯਾਰ ਹੁਣ ਬਸ ਵੀ ਕਰੋ। ਗੁੰਡਾ ਹੋਗਾ ਉਹਦੇ ਘਰੇ। ਸ਼ਾਂਤ ਹੋ ਜਾਓ। ਸਾਹਮਣੇ ਇੱਕ ਹੋਰ ਆ ਰਿਹਾ। ਕੀ ਹੋ ਗਿਆ ਤੈਨੂੰ? ਇਹਦੀ ਤਾਂ ਮੈਂ। ਤੂੰ ਸਾਈਡ ਨਾ ਦਈ, ਉਹ ਖੁਦ ਹੀ ਸਾਈਡ ਤੇ ਹੋ ਜਾਊਗਾ। ਇਹਦੀ ਤਾਂ ਲਾਈਨ ਤੇ ਆ ਨਾ ਹੁਣ ਬਰਾਬਰ। ਕੀ ਕਰ ਰਹੇ ਹੋ ਤੁਸੀਂ ਯਾਰ? ਉਹਦੇ ਵਿੱਚ ਲੋਕ ਬੈਠੇ ਹੋਏ ਸੀ। ਉਹ ਤੁਸੀਂ ਚੁੱਪ ਕਰੋ, ਨਿਤੇਸ਼ ਨੇ ਸਹੀ ਕੀਤਾ ਹੈ। ਕੀ ਲੋੜ ਸੀ? ਜੋ ਤੱਕ ਇਹਨਾਂ ਨੂੰ ਸਬਕ ਨਾ ਸਿਖਾਈਏ ਸੁਧਰਦੇ ਨਹੀਂ। ਮੈਂ ਕਿਹਾ ਸੀ ਨਾ ਤੈਨੂੰ। ਚੰਗੀ ਤਰ੍ਹਾਂ ਕਿਉਂ ਨਹੀਂ ਚਲਾਉਂਦੇ ਇਹ ਯਾਰ? ਜੇ ਕੁਝ ਹੋ ਜਾਂਦਾ ਤਾਂ दरवाजा बंद कर रहा ढंग नाल। ओ हां हां कर रहा। दरवाजा तोड़ेगा के? इस भाई साहब नूं वेखो, बम ब्लास्ट भी होगा, उठन वाला नहीं गा। तू जल क्यों रहा है? तैनूं नींद नहीं आती इसे करके? गड्डी रोकना, प्रेशर बड़ा पिया यार, बड़ी जोर दी आया। नहीं नहीं इतनी नहीं यार, थोड़ा टाइम पहला रोकी सी गाड़ी टॉयलेट जाने वास्ते, हो नहीं रोकूंगा, थोड़ा कंट्रोल कर यार। की जोए, अजे तक तू सुता पिया सी, हुण सीधा प्रेशर आके जग दई। यार कदों दा बैठा बैठा बोर हो गया यार, पूरा रात सुता है तू, कहिंदा बोर हो गया। एक गल पूछा, असी कित्थे स्टे कर सकदे आ? हां करदे आ ना यार, किन्ने प्लान्स बनाए से असी। रिसेप्शन तो बाद उत्थे रुक जाना चाहिदा सी यार, सोचे सी ओवरनाइट स्टे करांगे उत्थे, उन्ने उल्लू बनाता यार। उन्ने पहले कहा सी ना स्टे थोड़ा मुश्किल होगा, फिर को ब्लेम कर रहे हो? एहो जे समय विच भी असी ब्याह अटेंड करके आए हैं ना, रोबो ना हुण। ओ गल नहीं है, आपा वैसे ही बहुत लेट हो गया, इतना लेट तो तू कर भी जा पावेंगी? ओवरनाइट स्टे दा आपा प्लान किता ही सी ना, की कहनी है? पर जे सवेरे ट्रैवल करांगे तो वधिया सीनरी वेखण नूं भी मिलूगी। पर इतनी रात नूं केड़ा होटल खुला होएगा? मिल जाऊंगा यार। की कर रहे हैं, सवेरे जदों आपा इत्थे गए सी कुछ रिजॉर्ट होटल तो देख ही रहे सी ना। हां हां चलो जाके चेक करते हैं। ओके। अरे यार बड़ी जोर दी प्रेशर आ रहा है भाई, होटल जा रहे हैं, उठे जाके कर ले। रुक नहीं सकता कि? हाँ कोशिश करूंगा, नहीं तो मैं बाहर जाऊंगा, मैं जाना है यार। बस ही नहीं रुकना, वैसे पीन पौन वास्ते दुकान खुली तो होगी ना? क्यों नहीं, असि सवेरे कितनी सारी गड्डियां वेखी तो सी, ते काफी सारे लोग भी सी उठे। हाँ हुण असि ते तां कर रहे हैं ना। की है तुसी सारे मैनूं एवें क्यों वेख रहे हो? अज रात आपा स्टे करांगे ते कल सवेर निकल जांगे। हाँ क्यों नहीं, तू ते छेती पहले रुकन ली जगह ते लब्बो। सुनो यारो जरा बाहर वेखते रहो, कोई जगह छुट ना जावे। ब्रो जरा तू वेख, राजू तू ही वेख यार। अच्छा वैसे अजे टूरिस्ट टाइम हैगा है ते रूम मिलेगा सानू? तो जदो भी मुंह खोलदा बकवास ही करदा, जदो वेखो बस एवें करदा रहिंदा। बस कर जाए, जरा चुप रह ना।
ਇਹ ਭਾਈ ਉਹ ਵੇਖ ਉਹ ਲੈਫਟ ਵਾਲਾ ਆਹੋ ਆਹੋ ਉਹੀ ਵੇਖ ਉਹਨੂੰ ਪੁੱਛਾਂ ਕੀ ਹਾਂ ਜਾਓ ਜਾ ਕੇ ਪੁੱਛ ਲਓ ਕੋਈ ਪ੍ਰੋਬਲਮ ਤਾਂ ਨਹੀਂ ਹੋਵੇਗੀ ਨਾ ਉਹ ਪਹਿਲਾਂ ਗੱਡੀ ਤਾਂ ਪਿੱਛੇ ਲੈ ਚੱਲ ਆ ਜਾਓ ਪੁੱਛ ਭਾਈ ਸਾਹਿਬ ਇਹ ਕੋਟੇਜ ਖੁੱਲ੍ਹਾ ਹੈ ਕਿ ਹਾਂ ਭਾਈ ਇਹ ਕੋਟੇਜ ਖੁੱਲ੍ਹਿਆ ਹੈ ਹਾਂ ਅੱਛਾ ਇੱਥੇ ਇੱਥੇ ਸਭ ਕੁਝ ਮਿਲੂਗਾ ਤੁਸੀਂ ਕਿੰਨੇ ਲੋਕੀ ਹੋ ਗਏ ਹੋ ਪੰਜ 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 ਇੱਥੇ ਕਿੰਨੇ ਕਮਰੇ ਮਿਲ ਜਾਣਗੇ ਓ ਸਾਹਿਬ ਇਹ ਤਾਂ ਵਿਲਾ ਹੈ ਬਹੁਤ ਹੈਗੀ ਹੈ ਦਸ ਲੋਕੀ ਹੋਰ ਆ ਜਾਣਗੇ ਅੱਛਾ ਵਿਲਾ ਹੈ ਚੱਲਦੇ ਹਾਂ ਚੱਲੋ ਆ ਜਾਓ ਆ ਜਾਓ ਹਾਂ ਚਲੋ ਠੀਕ ਹੈ ਠੀਕ ਹੈ ਠੀਕ ਹੈ ਹਾਂ ਹਾਂ ਜਗ੍ਹਾ ਬਹੁਤ ਵਧੀਆ ਲੱਗਦੀ ਆ ਹਾਂ ਇਸ ਦਾ ਨਾ ਓਨਰ ਹੈ ਕਿ ਥਾਂ ਤਾਂ ਵਧੀਆ ਲੱਗਦੀ ਨਹੀਂ ਲੱਗਦਾ ਤਾਂ ਨਹੀਂ ਸ਼ਾਇਦ ਗੇਟ ਟੇਕਰ ਹੋਊਗਾ ਹਾਂ ਸ਼ਾਇਦ ਓਨਰ ਵਗਾ ਨਹੀਂ ਹਾਂ ਹੋ ਸਕਦਾ ਹੈ ਉਹ ਜ਼ਰਾ ਪਿੱਛੇ ਦੇਖੀ ਆਹ ਵਾਲਾ ਗੇਟ ਹੀ ਹੈਗੇ ਓ ਵਾਹ ਯਾਰ ਇਹ ਤਾਂ ਬੜੀ ਕਮਾਲ ਦੀ ਜਗ੍ਹਾ ਲੱਗਦੀ ਹੈ ਹਾਂ ਵੇਖੋ ਨਾ ਰੁਕਣ 'ਚ ਮਜ਼ਾ ਆਊਗਾ ਸੱਚੀ ਬਹੁਤ ਹੀ ਵਧੀਆ ਜਗ੍ਹਾ ਹੈ ਛੇਤੀ ਕਰੋ ਮੈਨੂੰ ਪਿਸ਼ਾਬ ਆ ਰਿਹਾ ਸਾਨੂੰ ਰਸਤਾ ਦਿਖਾ ਰਿਹਾ ਨਾ ਹਾਂ ਹੁਣ ਆ ਗਏ ਆ ਕਰ ਲਈ हटना यार चलो पहुंच ही गए आओ आओ बाथरूम किधर है अंदर ही है गए मैं खोलता यार उतना टाइम नहीं है बाहर ही कर हां तो चले जाओ उथे बाहर उथे पीछे उथे जानवर तो नहीं आणगे ना नहीं नहीं जे कोई आवेगा तो कुछ नहीं करूंगा आ मस्त ये जगह है यार बहुत चंगी ठंड है ना ओके गल है ਹਣ ਜੇ ਪੀਣ ਦਾ ਮਜ਼ਾ ਹੀ ਆ ਜਾਊਗਾ ਚੰਗਾ ਤੇ ਤੁਸੀਂ ਲੋਕ ਇੱਥੇ ਪੀਣ ਆਏ ਹੋ ਮੈਂ ਕਿਹਾ ਸੀ ਥਾਂ ਚੰਗੀ ਹੈ ਪੀਣ ਦੇ ਲਈ ਨਿਕ ਗਿਆ ਮੈਂ ਓਹੋ ਹਾਂ ਉੱਥੇ ਹਨੇਰੇ 'ਚ ਕਿਉਂ ਖੜੇ ਹੋ ਆ ਜਾਓ ਅੰਦਰ ਆ ਜਾਓ ਹਾਂ ਹਾਂ ਆ ਰਹੇ ਹਾਂ ਚੱਲੋ ਨਾ ਤੂੰ ਜਾ ਕੇ ਵੇਖ ਲਾ ਠੀਕ ਹੈ ਤਾਂ ਤੁਹਾਡੇ ਵਿੱਚੋਂ ਕਿਸੇ ਨੇ ਨਹੀਂ ਵੇਖਣਾ ਨਾ ਅਸੀਂ ਤਾਂ ਇੱਥੇ ਹੀ ਮਸਤ ਹੈਗੇ ਨੇ ਤੁਸੀਂ ਜਾਓ ਹਾਂ ਹਾਂ ਆਏ ਇੱਥੇ ਤਾਂ ਕਾਫੀ ਮਜ਼ਾ ਆ ਰਿਹਾ ਓਏ ਠੰਡ ਬਰਦਾਸ਼ਤ ਨਹੀਂ ਹੋ ਰਹੀ ਯਾਰ ਆਈ ਆ ਵੇਖੋ ਜੀ ਕਿੱਦਾਂ ਲੱਗਿਆ ਜੀ ਰੂਮ ਵਧੀਆ ਲੱਗਿਆ ਨਾ ਵੇਖੋ ਇਹ ਜੀ ਬੈਠਕ ਹੈਗੀ ਇੱਥੇ ਦੀ ਆਰਾਮ ਨਾਲ ਤੁਸੀਂ ਬਹਿ ਕੇ ਗੱਲ ਕਰ ਸਕਦੇ ਹੋ ਇੱਥੇ ਠੀਕ ਹੈ ਨਾ ਚੰਗਾ ਤੇ ਉਹ ਕਿਚਨ ਹੈ ਅੱਛਾ ਉੱਥੇ ਕਿਚਨ ਹੈ ਬਹੁਤ ਸਾਫ ਸੁਥਰਾ ਆਓ ਜੀ ਮੇਰੇ ਨਾਲ ਆਓ ਵਿਖਾਂਦਾ ਤੁਹਾਨੂੰ ਬਹੁਤ ਵੱਡੀ ਥਾਂ ਹੈਗੀ ਹੈ ਆ ਜਾਓ ਜੀ ਆ ਵੇਖ ਉੱਤੇ ਆ ਕੇ ਵੇਖੋ ਨਾ ਇਹ ਬੈਡਰੂਮ ਹੈਗਾ ਹੈ ਤੇ ਇਹ ਦੂਜਾ ਰੂਮ ਗਰਮ ਪਾਣੀ ਹੈ ਹੈਗਾ ਨਾ ਬਸ ਨਾਲੋਂ ਮਾੜਾ ਜਿਹਾ ਇਹ ਤੱਕ ਰਹਿ ਘੁਮਾਓ ਗਰਮ ਪਾਣੀ ਤੇ ਰਾਈਟ ਵੱਲ ਘੁਮਾਓਗੇ ਤਾਂ ਠੰਡਾ ਪਾਣੀ ਤੇ ਵਿਚਾਲੇ ਰੱਖੋਗੇ ਤਾਂ ਦੋਵੇਂ ਦਾ ਮਿਕਸ ਮਿਲੂਗਾ ਬਸ ਇੰਜੋਏ ਕਰਿਓ ਤੁਸੀਂ ਬਹੁਤ ਫਨੀ ਹੋ ਹਾਂ ਤਾਂ ਚਾਹੀਦਾ ਆਪਣੇ ਦੋਸਤਾਂ ਨੂੰ ਸੱਦੋ ਅੰਦਰ ਉਹਨਾਂ ਨੂੰ ਕਹੋ ਇੱਥੇ ਸਟੇ ਕਰਨਗੇ ਚਲੋ ਜੀ ਯਾਰ ਨੈਣਾ ਪੀਣ ਤਾਂ ਦਊਗੀ ਨਾ ਤਾਂ ਪਊਗਾ ਯਾਰ ਦਾਰੂ ਪੀਣ ਦਾ ਸਵਾਦ ਆ ਜਾਊਗਾ ਠੰਡ ਹੋਣ ਲੱਗ ਇੱਥੇ ਇਹ ਤਾਂ ਜੀ ਕੁਝ ਵੀ ਨਹੀਂ 2 ਮਹੀਨੇ ਬਾਅਦ ਦੇਖਣਾ ਜੀ ਇਹ ਕੁਕੜਕ ਦੀ ਠੰਡ ਓ ਇਸ ਤੋਂ ਵੀ ਜ਼ਿਆਦਾ ਓਹੋ ਕਿੱਦਾਂ ਦੀ ਲੱਗੀ ਥਾਂ ਜੀ ਆ ਸੁਪਰ ਚੰਗੀ ਹੈ ਨਾ ਦੱਸੋ ਜੀ ਤੁਹਾਨੂੰ ਵਧੀਆ ਤੁਹਾਨੂੰ ਪਸੰਦ ਆਈ ਜੀ ਬਹੁਤ ਵਧੀਆ ਹੈ ਵਧੀਆ ਨਾ ਬਹੁਤ ਵਧੀਆ ਜਗ੍ਹਾ ਹੈ ਇਹਦੇ ਚਾਰਜਸ ਕੀ ਹੋਣਗੇ ਚਾਰਜਸ ਹਾਂ ਡਿਸਕਾਊਂਟ ਦੇ ਨਾਲ ਬਸ ਅੱਜ ਰਾਤੀ ਇੱਥੇ ਰੁਕਣਾ ਹੈ ਜਾਂ ਫਿਰ ਕੱਲ ਵੀ ਉਹ ਨਹੀਂ 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 ਕੱਲ ਸਵੇਰੇ ਅਸੀਂ ਚਲੇ ਜਾਵਾਂਗੇ ਹਾਂ ਉਹੀ ਤਾਂ ਤੜਕੇ ਨਿਕਲ ਜਾਵਾਂਗੇ ਇਹ ਗੱਲ ਹੈ ਤਾਂ ਜਾਣ ਤੋਂ ਪਹਿਲਾਂ ਜੀ ਮੈਨੂੰ ਕੁਝ ਦੇ ਦੇਣਾ ਵੇਖੋ ਜੀ ਇੱਥੇ ਦਾ ਕਿਚਨ ਬਹੁਤ ਵਧੀਆ ਹੈ ਜਾ ਕੇ ਵੇਖ ਲਵੋ
ਤੇ ਉੱਥੇ ਬ੍ਰੈਡ ਦੇ ਅੰਡੇ ਵੀ ਹੈਗੇ ਸਵੇਰੇ ਅੰਡੇ ਦੀ ਭੁਰਜੀ ਜਾਂ ਫਿਰ ਆਮਲੇਟ ਬਣਾ ਕੇ ਖਾਓ ਆਰਾਮ ਨਾਲ ਅੱਛਾ ਡਿਨਰ ਕੀਤਾ ਤੁਸੀਂ ਹਾਂ ਡਿਨਰ ਕਰ ਲਿਆ ਨਹੀਂ ਨਹੀਂ ਮੈਨੂੰ ਭੁੱਖ ਲੱਗੀ ਆ ਯਾਰ ਕਿਵੇਂ ਦਾ ਬੰਦਾ ਹੈ ਬਸ ਖਾਂਦਾ ਤੇ ਸੌਂਦਾ ਉਹ ਵਾਸ਼ਰੂਮ 'ਚ ਸਭ ਕੁਝ ਕੱਢਤਾ ਕੀ ਚੰਗੀ ਤਰ੍ਹਾਂ ਫਰੈਸ਼ ਹੋ ਗਏ ਜੀ ਹਾਂ ਫਰੈਸ਼ ਹੋ ਗਿਆ ਅੰਦਰ ਬਹੁਤ ਹਾਂ ਵੈਸੇ ਇੱਥੇ ਕੰਮ ਦੇ ਲਈ ਮੁੰਡਾ ਰੱਖਿਆ ਹੋਇਆ ਹੈ ਬਿਮਾਰ ਇਸ ਲਈ ਨਹੀਂ ਆਇਆ ਜੋ ਕੁਝ ਚਾਹੀਦਾ ਤਾਂ ਮੈਨੂੰ ਦੱਸ ਦਿਓ ਇੱਥੇ ਨੇੜੇ ਢਾਬਾ ਵੀ ਹੈਗਾ ਬਹੁਤ ਵਧੀਆ ਖਾਣਾ ਮਿਲਦਾ ਜੀ ਉੱਥੇ ਤਾਂ ਆਪਾਂ ਰੁਕ ਰਹੇ ਹਾਂ ਨਾ ਮੈਂ ਲੈ ਕੇ ਆਉਣਾ ਤਾਤਾ ਕਹਿੰਦਾ ਨੂੰ ਕਾਫੀ ਸ਼ਾਫੀ ਪਿਲਾ ਦਿਓ ਤੁਹਾਡਾ ਹੀ ਘਰ ਹੈ ਚੰਗੀ ਤਰ੍ਹਾਂ ਇੰਜੋਏ ਕਰਿਓ ਓਕੇ ਚਲੋ ਬੈਗ ਲੈ ਕੇ ਆਉਣਾ ਚਲੋ ਓਏ ਅਲਸੀ ਤੂੰ ਆ ਨਾਲ ਨੈਣਾ ਮੈਂ ਕਿਹਾ ਸੀ ਨਾ ਜਗ੍ਹਾ ਵਧੀਆ ਮੈਨੂੰ ਤਾਂ ਇਹ ਥਾਂ ਵੇਖਦੇ ਹੀ ਪਸੰਦ ਆ ਗਈ ਸੀ ਮੇਰੇ ਨਾਲ ਤਾਂ ਤੈਨੂੰ ਸਭ ਕੁਝ ਪਸੰਦ ਆਊਗਾ ਐਵੇਂ ਤਾਂ ਨਹੀਂ ਹੈ ਮੌਸਮ ਬਹੁਤ ਵਧੀਆ ਹੈ ਹਾਂ ਭਾਈ ਕੀ ਹੋਇਆ ਅੱਗੇ ਵਗ ਰਿਹਾ ਹੈ ਵਿਲੇ ਵਾਲਾ ਪੈਸਾ ਜ਼ਿਆਦਾ ਮੰਗੂਗਾ ਕੌਣ ਉਹ ਕੇਟਕਰ ਉਹ ਕੇਟਕਰ ਤਾਂ ਉਹ ਤਾਂ ਬਾਦ ਇਥੋਂ ਦੀ ਦੇਖਭਾਲ ਕਰਦਾ ਹੈ ਯਾਰ ਉਹ ਓਨਰ ਥੋੜੂ ਹੀ ਜਿਹੜਾ ਜ਼ਿਆਦਾ ਪੈਸੇ ਮੰਗੂਗਾ ਤੇ ਜਦੋਂ ਅਸੀਂ ਕਿਹਾ ਕਿ ਸਵੇਰੇ ਨਿਕਲ ਜਾਵਾਂਗੇ ਤਾਂ ਕਿੰਨਾ ਖੁਸ਼ ਹੋ ਗਿਆ ਸੀ ਉਹੀ ਤਾਂ ਪੈਸੇ ਖੁਦ ਹੀ ਰੱਖਦਾ ਹੋਏਗਾ ਹੋ ਸਕਦਾ ਹੈ ਹਾਂ ਇਹ ਗੱਲ ਪੱਕੀ ਹੈ ਉਹ ਆਪਦੀ ਜੇਬ 'ਚ ਰੱਖੂਗਾ ਵੈਸੇ ਤੂੰ ਹੈਗਾ ਕਿੱਥੇ ਸੀ ਤੇ ਤੂੰ ਹੁਣ ਕਿੱਥੇ ਜਾ ਰਿਹਾ ਹੈ ਭਾਈ ਬਾਥਰੂਮ ਕਿੱਥੇ ਹੈ ਯਾਰ ਇਹਦੇ ਵਾਸਤੇ ਬਾਥਰੂਮ 'ਚ ਬਿਸਤਰ ਲਾ ਦੋ ਕੀ ਹੋਇਆ ਤੈਨੂੰ ਤੁਹਾਡਾ ਢਿੱਡ ਖਰਾਬ ਨਹੀਂ ਹੋਇਆ ਕਿ ਮੈਨੂੰ ਲੱਗਦਾ ਮੈਨੂੰ ਰਿਸੈਪਸ਼ਨ ਵਾਲਾ ਚਿਕਨ ਨਹੀਂ ਖਾਣਾ ਚਾਹੀਦਾ ਸੀ ਪੂਰਾ ਢਿੱਡ ਖਰਾਬ ਹੋ ਗਿਆ ਇਹ ਤਾਂ ਤੇਰੇ ਤੋਂ ਵੱਧ ਖਾਦਾ ਹੈ ਫਿਰ ਵੀ ਠੀਕ ਹੈ ਮੈਨੂੰ ਵੀ ਕੁਝ ਨਹੀਂ ਹੋਇਆ ਹਾਂ ਮੈਨੂੰ ਵੀ ਕੁਝ ਨਹੀਂ ਆਇਆ ਸੁਣੋ ਨਾ ਅਸੀਂ ਵੀ ਐਵੇਂ ਦਾ ਇੱਕ ਵਿਲਾ ਖਰੀਦ ਲਈਏ ਪਰ ਹੋਣਾ ਯਾਰ ਹਾਂ ਕਿਉਂ ਨਹੀਂ ਚੰਗਾ ਰਹੇਗਾ ਨਾ ਮੈਂ ਆਲਰੇਡੀ ਪਲਾਨ ਕਰ ਰੱਖਿਆ ਕੀ ਇਹੋ ਜਿਹਾ ਵਿਲਾ ਖਰੀਦਣ ਵਾਸਤੇ ਹਾਂ ਪਰ ਇੱਥੇ ਨਹੀਂ ਪਤਾ ਕਿੱਥੇ ਅਮਰੀਕਾ 'ਚ ਮੈਂ ਮਜ਼ਾਕ ਕਰ ਰਹੀ ਸੀ ਮੈਂ ਤਾਂ ਕਰ ਰਿਹਾ ਨਾ ਤੂੰ ਸੁਧਰ ਜਾ ਤੂੰ ਰਹਿਣ ਦੇ ਕੀ ਹੋਇਆ ਉਹ ਰਿਸੈਪਸ਼ਨ ਦੀ ਗੱਲ ਕਰ ਰਹੇ ਸੀ ਹੋਰ ਕੁਝ ਨਹੀਂ ਓ ਅੱਛਾ ਤਾਂ ਪਬਜੀ ਖੇਡਣ ਲੱਗ ਪਏ ਤੁਸੀਂ ਮੈਨੂੰ ਆਈਸਕ੍ਰੀਮ ਨਹੀਂ ਖਾਣ ਦਿੱਤੀ ਇਹਨੇ ਤਾਂ ਇਹਦੀ ਆਈਸਕ੍ਰੀਮ ਤੇ ਪਾਣੀ ਪਾਤਾ ਸੀ ਪਰ ਇਸੇ ਕਰਕੇ ਗੁੱਸੇ ਵਿੱਚ ਹੈ ਹਾਂ ਅਰੇ ਇਹਦਾ ਐਵੇਂ ਹੀ ਆ ਜਿੱਥੇ ਵੀ ਜਾਂਦਾ ਬਸ ਮਸਤੀ ਕਰਦਾ ਰਹਿੰਦਾ ਚੁੱਪ ਨਾ ਆ ਪਤਾ ਨਹੀਂ ਕਿਸੇ ਹੋਰ ਦਾ ਕੇਲਾ ਖਾ ਲਿਆ ਸੀਗਾ ਇੱਕ ਹੀ ਤਾਂ ਖਾਇਆ ਸੀ ਜਿਹਦਾ ਕੇਲਾ ਸੀਗਾ ਨਾ ਉਹਨੂੰ ਆ ਕੇ ਬਹੁਤ ਮਾਰਦਾ ਤੂੰ ਤਾਂ ਇੰਨਾ ਹੱਟਾ ਕੱਟਾ ਕੀ ਤੂੰ ਉਹਨੂੰ ਸੰਭਾਲ ਨਹੀਂ ਸਕਦਾ ਸੀ ਇਸਦਾ ਤਾਂ ਇਹੀ ਹੈ ਖੁਦ ਨੂੰ ਹੱਟਾ ਕੱਟਾ ਸਮਝਦਾ ਹੈ ਤੇ ਜੇ ਕੋਈ ਆਵੇ ਤਾਂ ਡਰ ਜਾਂਦਾ ਹੈ ਮੈਂ ਖਾਣ 'ਚ ਬਿਜ਼ੀ ਸੀ ਨਹੀਂ ਤਾਂ ਮੈਂ ਵੀ ਉਹਨੂੰ ਸਬਕ ਸਿਖਾ ਦਿੰਦਾ ਆਹ ਬੁੱਢਾ ਹਰ ਫੋਟੋ 'ਚ ਦਿਖ ਰਿਹਾ ਇਹ ਹੈ ਕੌਣ ਲੋ ਇਹਨੂੰ ਦੇਖ ਲੋ ਕੱਲਾ ਕੱਲਾ ਚਾਹ ਪੀ ਰਿਹਾ ਹੈ ਨੈਣਾ ਵਧੀਆ ਫੋਟੋ ਆਇਆ ਨੈਣਾ ਸੁਣ ਨਾ ਹਾਂ ਇੱਕ ਕੱਪ ਕੜਕ ਚਾਹ ਲਿਆ ਨਾ ਪਲੀਜ਼ ਪਲੀਜ਼ ਨੈਣਾ ਇਹ ਨੈਣਾ ਜੇ ਚਾਹ ਬਣਾਏਗੀ ਤਾਂ ਥੋੜੀ ਜੀ ਮੈਨੂੰ ਮੇਰੇ ਲਈ ਬਲੈਕ ਬਣਾ ਦੇ ਤੂੰ ਇੱਥੇ ਕਿਵੇਂ ਆ ਕੋਈ ਹੈਗਾ ਜਿਹਨੂੰ ਨਹੀਂ ਚਾਹੀਦੀ ਪਰ ਤੂੰ ਤਾਂ ਹੁਣੇ ਹੁਣੇ ਇੱਥੇ ਕੀ ਹੋਇਆ ਕੀ ਹੋਇਆ ਤੂੰ ਤਾਂ ਹੁਣੇ ਹੁਣੇ ਚਾਹ ਪੀ ਰਿਹਾ ਸੀ ਨਾ ਉੱਥੇ ਮੈਂ ਬਾਥਰੂਮ ਗਿਆ ਸੀ ਹਾਂ ਤੇ ਤੁਸੀਂ ਲੋਕੀ ਚਾਹ ਦੇ ਬਾਰੇ ਗੱਲ ਕਰ ਰਹੇ ਸੀ ਤਾਂ ਕਰਕੇ ਮੈਂ ਛੇਤੀ ਆ ਗਿਆ ਤੂੰ ਇਹਨੂੰ ਨਹੀਂ ਦੇਖਿਆ ਕਿ ਨਹੀਂ ਤਾਂ ਯਾਰ ਤੇਰੀ ਇਹਨੇ ਤੇ ਗੱਲ ਹੋਈ ਸੀ ਕਿ ਨਹੀਂ ਉਹ ਸਹੀ ਬੋਲਿਆ ਨਾ ਹਾਂ ਸਹੀ ਕਹਿ ਰਿਹਾ ਬਿਲਕੁਲ ਤੂੰ ਧਿਆਨ ਨਾਲ ਵੇਖ ਕੀ ਠੀਕ ਕੀ ਚੱਲਦਾ ਪਿਆ ਚੱਲ ਤੈਨੂੰ ਕੀ ਲੱਗਦਾ ਕੀ ਹੋਇਆ ਹੈ ਤੂੰ ਸੱਚੀ ਦੇਖ ਰਿਹਾ ਤੈਨੂੰ ਕੋਈ ਵਹਿਮ ਹੋਇਆ ਹੈ ਉਹ ਨਹੀਂ ਯਾਰ ਮੈਂ ਹੁਣੇ ਚਾਹ ਬਣਾ ਕੇ ਲਿਆਉਣੀ ਆ ਤੂੰ ਬੈਠ ਠੀਕ ਹੈ ਤੂੰ ਵੀ ਬਸ ਬੱਚੇ ਵੀ ਆਪਦੇ ਕਮੈਂਟ ਪਾਉਣਗੇ ਸ਼ੁਕਰ ਹੈ ਤੂੰ ਇੰਸਟਾ ਤੇ ਤਾਂ ਨਹੀਂਗਾ ਮੇਰੇ ਪਿੱਛੇ ਕੀ ਬੁਰਾਈ ਕਰੇ ਸੀ ਤੁਸੀਂ ਲੋਕ ਯਾਰ ਤੂੰ ਇਹ ਦੱਸ ਇਹਦੀ ਰੀਚ ਕਿਵੇਂ ਵਧਾਈਏ ਇਹਦੇ ਤੇ ਤਾਂ ਕਮੈਂਟ ਹੀ ਨਹੀਂ ਆ ਰਹੇ ਕੀ ਫਰਕ ਪੈਂਦਾ ਹੈ ਕਮੈਂਟ ਆਉਣਗੇ ਤਾਂ ਹੀ ਪਤਾ ਚੱਲਦਾ ਨਾ ਸਾਹਮਣੇ ਵਾਲਾ ਕੀ ਕਰਦਾ ਮੈਂ ਜਰਾ ਚੇਂਜ ਕਰਕੇ ਆਉਣਾ ਮੈਂ ਤਾਂ ਕੱਪੜੇ ਲਿਆਇਆ ਹੀ ਨਹੀਂ ਜਦ ਤੋਂ ਬਦਲਾ ਉੱਤੋਂ ਇਹਨੇ ਨਾਨ ਵਿੱਚ ਖਾਣਾ ਸੀ ਦੱਸੋ ਤੂੰ ਨਹੀਂ ਆਏਗਾ ਕਿ ਮੈਨੂੰ ਬਹੁਤ ਨੀਂਦ ਆ ਰਹੀ ਹੈ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੁਣ ਤੂੰ ਫ੍ਰੀ ਹੈ ਨਾ ਤਾਂ ਮੇਰੇ ਕੋਲ ਇੱਕ ਕੰਮ ਕੀ ਕੰਮ ਹੈ ਇਹ ਸਾਰੇ ਗਲਾਸ ਧੋ ਦੇ ਪਲੀਜ਼ ਠੀਕ ਹੈ ਆ ਜਾ ਹੈਲੋ ਚਾਹ ਤਿਆਰ ਹੋ ਗਈ ਹਜੇ ਤੱਕ ਨਹੀਂ ਹੋਈ ਤੂੰ ਕਦੀ ਮੇਰੀ ਗੱਲ ਨਹੀਂ ਸੁਣਦਾ ਗਲਾਸ ਧੋਣ ਲਈ ਗਿਆ ਸੀ ਨਾ ਤਾਂ ਪਿਆਰ ਨਾ ਕਹਿ ਨਾ ਇੰਨਾ ਰੌਲਾ ਕਿਉਂ ਪਾ ਰਹੀ ਅੱਜ ਤੱਕ ਮੇਰੀ ਕੋਈ ਗੱਲ ਸੁਣੀ ਹੈ ਕੀ
ਕੱਲ ਸਵੇਰ ਆਫਿਸ ਜਾਣਾ ਯਾਰ ਰਾਤ ਪਰ ਸੋਵਾਂਗੇ ਨਹੀਂ ਤਾਂ ਦਿਨ ਪਰ ਆਫਿਸ ਵਿੱਚ ਨੀਂਦ ਆਊਗੀ ਇੱਥੇ ਕਾਫੀ ਠੰਡ ਹੈ ਨਾ ਸਹੀ ਕਹਿ ਰਿਹਾ ਯਾਰ ਸਿਗਰਟ ਹੈ ਤੇਰੇ ਕੋਲ ਦੇਣਾ ਨਿਤੀਸ਼ ਦੇ ਕੋਲ ਹੋਏਗੀ ਠੀਕ ਹੈ ਲੈ ਕੇ ਆ ਨਿਤੀਸ਼ ਹਾਂ ਬੋਲ ਭਰਾਵਾ ਸਿਗਰਟ ਹੈਗੀ ਕੀ ਹਾਂ ਸ਼ਾਇਦ ਇੱਕ ਦੋ ਤਾਂ ਹੋਣਗੀਆਂ ਹੀ ਤੂੰ ਜਿਹੜਾ ਰੂਮ 'ਚ ਪਈਆਂ ਜਾ ਕੇ ਲੈ ਲਾ ਪੈਡ ਜੇਬ 'ਚ ਹੋਣੀ ਹੈ ਸੁਣਨਾ ਤੂੰ ਜਾ ਕੇ ਲਿਆਣਾ ਅਰੇ ਨਹੀਂ ਯਾਰ ਤੂੰ ਜਾ ਕੇ ਲੈ ਕੇ ਆ ਤੂੰ ਤਾਂ ਕਿਹਾ ਸੀ ਤੂੰ ਛੱਡ ਦਿੱਤੀ ਹੈ ਓ ਹਾਂ ਮੈਂ ਛੱਡ ਦਿੱਤੀ ਹੈ ਮੈਂ ਇਹਨਾਂ ਵਾਸਤੇ ਲੈ ਕੇ ਆਇਆ ਸੱਚੀ ਤਾਂ ਤੂੰ ਪੀਤੀ ਨਹੀਂ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਬਹੁਤ ਠੰਡ ਲੱਗ ਰਹੀ ਹੈ ਅਗਰ ਕੋਈ ਕੰਬਲ ਮਿਲ ਜਾਏ ਤਾਂ ਮਸਤ ਸੌ ਜਾਊਂਗਾ ਵੇਖੋ ਵੇਖੋ ਮੈਂ ਕਹਿ ਰਹੀ ਹਾਂ ਗਹਿਰੀ ਨੀਂਦ ਨਾ ਸੋਇਓ ਕੱਲ ਸਵੇਰੇ ਅਸੀਂ ਛੇਤੀ ਜਾਣਾ ਬਹੁਤ ਨੀਂਦ ਆ ਰਹੀ ਹੈ ਯਾਰ ਯਾਰ ਪਾਣੀ ਕਿੰਨਾ ਠੰਡਾ ਹੈ ਅੰਦਰ ਸੱਚੀ ਗਰਮ ਗਰਮ ਚਾਹ ਯਾਰ ਠੰਡ ਤਾਂ ਬਹੁਤ ਹੈ ਜੋਏ ਨੂੰ ਸੌਣ ਦਾ ਬਹਾਨਾ ਚਾਹੀਦਾ ਇੱਥੇ ਚੁੱਪਚਾਪ ਬੈਠਾ ਕਿਉਂ ਹੈ ਤਾਂ ਕੀ ਕਰਾਂ ਕੁਝ ਕਰਨਾ ਥਾ ਕੀ ਸਿਗਰਟ ਲੈਣ ਗਿਆ ਸੀ ਨਾ ਕੀ ਸਿਗਰਟ ਓਏ ਅਖੇਰਲੀ ਤਾਂ ਬਾਥਰੂਮ 'ਚ ਖਤਮ ਕਰਤੀ ਖਤਮ ਕਰਤੀ ਤੇਰੇ ਕੋਲ ਹੋਰ ਹੈ ਕੀ ਹੋਰ ਨਹੀਂ ਜਾ ਖਰੀਦ ਕੇ ਲਿਆ ਇਸ ਵੇਲੇ ਕਿਹੜਾ ਪਾਨ ਬੀੜੀ ਦਾ ਖੋਕਾ ਖੁੱਲਿਆ ਹੋਣਾ ਉਹ ਖਤਮ ਕੀਤੀ ਹੈ ਤੂੰ ਜਾ ਕੇ ਲੈ ਕੇ ਆਏਗਾ ਮੈਨੂੰ ਨਹੀਂ ਪਤਾ ਓਏ ਕਾਲ ਕਰਕੇ ਮੰਗਾ ਲਓ ਕਿਸੇ ਦੇ ਫੋਨ ਵਿੱਚ ਸਿਗਨਲ ਹੈਗਾ ਕਾਲ ਕਰਕੇ ਵੇਖਿਓ ਕਿਸੇ ਫੋਨ ਦੇ ਤਾਂ ਨੈਟਵਰਕ ਆ ਰਿਹਾ ਹੋਏਗਾ ਵੇਖੋ ਨਹੀਂ ਹੁਣ ਕੀ ਇੱਕ ਕੰਮ ਕਰਦੇ ਆ ਤੂੰ ਮੇਰੇ ਨਾਲ ਆ ਦੁਕਾਨ ਲੱਭਦੇ ਆ ਮਿਲ ਗਈ ਤਾਂ ਪੀਣ ਦਾ ਮਜ਼ਾ ਆ ਜਾਊਗਾ ਕੀ ਕਿਹਾ ਕੁਛ ਨਹੀਂ ਤੁਸੀਂ ਲੋਕਾਂ ਨੇ ਪੀਣ ਦਾ ਪਲਾਨ ਬਣਾਇਆ ਨਿਤੀਸ਼ ਕੱਲ ਸਵੇਰੇ ਛੇਤੀ ਜਾਣਾ ਆਪਾਂ ਫਿਕਰ ਨਾ ਕਰ ਕੱਲ ਸਵੇਰੇ ਤੈਨੂੰ ਮੈਂ ਟਾਈਮ ਨਾਲ ਛੱਡ ਦੂੰਗਾ ਇੱਕ ਕੰਮ ਕਰੋ ਤੁਸੀਂ ਦੋਨੇ ਜਾਓ ਮੈਂ ਨਹੀਂ ਆਉਂਦਾ ਡਰਾਈਵ ਕਰਨਾ ਮੂਡ ਨਹੀਂ ਯਾਰ ਤੂੰ ਆ ਰਿਹਾ ਨਾ ਤੁਸੀਂ ਜਾਓ ਮੈਨੂੰ ਬਹੁਤ ਨੀਂਦ ਆ ਰਹੀ ਹੈ ਪੂਰੇ ਸਫ਼ਰ 'ਚ ਸੌਂਦਾ ਹੀ ਆਇਆ ਤੇ ਹੁਣ ਵੀ ਕਹਿ ਰਿਹਾ ਸੋਨਾ ਜਾਓ ਯਾਰ ਆ ਇਹ ਬੰਦਾ ਸਕੂਨ ਦੇ ਨਾਲ ਚਾਹ ਵੀ ਨਹੀਂ ਪੀਣ ਦਿੰਦਾ ਵਾਪਸ ਆਵਾਂਗੇ ਤਾਂ ਪੀ ਲਈ ਉਹ ਮੇਰੇ ਤੋਂ ਗੁੱਸਾ ਕਿਉਂ ਕਰ ਰਿਹਾ ਹੈ ਇਹ ਦੱਸ ਤੂੰ ਇਹ ਗੱਲ ਮੇਰੇ ਤੋਂ ਕਿਉਂ ਛੁਪਾਈ ਇਹੋ ਜਿਹਾ ਕੁਝ ਨਹੀਂ ਹੈ ਸਭ ਦੋਸਤਾਂ ਦੇ ਨਾਲ ਆਏ ਆ ਸੁਣ ਬਈ ਗੱਡੀ ਤੂੰ ਚਲਾਏਗਾ ਮੈਂ ਨਹੀਂ ਹਾਂ ਠੀਕ ਹੈ ਛੱਡਣਾ ਬੇਬੀ ਝੂਟੀ ਗੱਲ ਤੇ ਕਿਉਂ ਗੁੱਸਾ ਹੋ ਰਹੀ ਹੈ ਗੁੱਸਾ ਨਹੀਂ ਆ ਕਿਹਾ ਨਾ ਸਵੇਰੇ ਤੈਨੂੰ ਟਾਈਮ ਨਾਲ ਛੱਡ ਦੂੰਗਾ ਪ੍ਰੋਮਿਸ ਰਹਿਣ ਹੀ ਦੇ ਤੂੰ ਸਵੇਰ ਹੁੰਦੀ ਹੈ ਆਪਾਂ ਇੱਥੋਂ ਪੱਕਾ ਨਿਕਲ ਜਾਾਂਗੇ ਟਰਸਟ ਮੀ ਗਰਮੀ ਬਹੁਤ ਨਾ ਗਰਮੀ ਮੈਨੂੰ ਤਾਂ ਠੰਡ ਲੱਗ ਰਹੀ ਹੈ ਠੰਡ ਲੱਗ ਰਹੀ ਹੈ ਕੀ ਗੱਲ ਹੈ ਮੂਡ ਬਹੁਤ ਚੰਗਾ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਅੱਛਾ ਕੁਝ ਕਹਿਣਾ ਹੋਰ ਤੂੰ ਬੋਲ ਮੈਂ ਕੀ ਬੋਲਾਂ ਐਵੇਂ ਕੀ ਨਹੀਂ ਕੀ ਨਹੀਂ ਜਦੋਂ ਤੂੰ ਇੱਥੇ ਰੁਕਣ ਦੀ ਗੱਲ ਹੋਈ ਹੈ ਤੂੰ ਹੱਸ ਰਿਹਾ ਹੈ ਤੂੰ ਵੀ ਦੱਸ ਰਹੀ ਸੀ ਮੈਂ ਨਹੀਂ ਹੱਸ ਰਹੀ ਅੱਛਾ ਤੂੰ ਐਵੇਂ ਝੂਠ ਕਿਉਂ ਬੋਲ ਰਿਹਾ ਮੈਂ ਝੂਠ ਬੋਲ ਰਿਹਾ ਅੱਛਾ ਤੂੰ ਐਵੇਂ ਕਿਉਂ ਵੇਖ ਰਿਹਾ ਕਿਵੇਂ ਤੇਰੀਆਂ ਅੱਖਾਂ ਕੁਝ ਹੋਰ ਬਿਆਨ ਕਰ ਰਹੀਆਂ ਨੇ ਆਹ ਕੌਣ ਹੈ ਇਹ ਕੌਣ ਹੈ ਆਹ ਕੌਣ ਹੈ ਨੈਣਾ ਇਹ ਕੌਣ ਹੈ ਨੈਣਾ ਇਹ ਹੈ ਕੌਣ ਕੌਣ ਹੈ ਕੌਣ ਹੈ ਕੌਣ ਹੈ ਕੌਣ ਹੈ ਤੂੰ ਮੇਰੇ ਵਰਗਾ ਦਿਖ ਰਿਹਾ ਕੌਣ ਹੈ ਤੂੰ ਤੂੰ ਕੌਣ ਹੈ ਕੌਣ ਹੈ ਜੋਏ ਕੌਣ ਹੈ ਤੂੰ ਕੁਛ ਤਾਂ ਗੜਬੜ ਹੈ ਨੈਣਾ ਇਸ ਤੋਂ ਦੂਰ ਹੋ ਜਾ ਨੈਣਾ ਇਹ ਕੋਈ ਹੋਰ ਹੈ ਮੈਂ ਅਸਲੀ ਹਾਂ ਨੈਣਾ ਮੈਂ ਅਸਲੀ ਹਾਂ ਨਹੀਂ ਨੈਣਾ ਇਸ ਤੋਂ ਦੂਰ ਰਹਿ ਇਹ ਨਕਲੀ ਹੈ ਮੈਂ ਅਸਲੀ ਹਾਂ ਨੈਣਾ ਮੈਂ ਅਸਲੀ ਹਾਂ ਨੈਣਾ ਜੋਏ ਮੇਰੀ ਗੱਲ ਸੁਣ ਨੈਣਾ ਨੈਣਾ ਜੋਏ ਉਹਦੇ ਕੋਲ ਨਾ ਜਾਈ ਉਹਦੇ ਕੋਲ ਨਾ ਜਾਈ ਨੈਣਾ ਨੈਣਾ ਜੋਏ
अरे यार इतने कोई नहीं गा कुछ भी बोलता है अच्छा। कोई नहीं है इतने तो अड्डा ना दिमाग खराब हो गया यार इतने कोई नहीं गा कमरे च पर सी जो है सी सच कह रहे हैं बिल्कुल ए दे वर्गे ही बिक रहा सी फिर किथे है ओदे सिर ते सट पहुंची सी जमीन ते पया होया सी हां तो किथे गया नाटक ना करो यार ऐसी सच कह रहे हैं झूठ ना बोलो ओ भरावा ਤੈਨੂੰ ਝੂਠ ਕਿਉਂ ਬੋਲਾਂਗੇ ਅਸੀਂ ਯਾਰ ਉਹ ਕੀ ਕੁਛ ਤੱਸੀਗਾ ਉੱਥੇ ਯਾਰ ਯਕੀਨ ਕਰ ਅਸੀਂ ਦੋਨੋਂ ਕਹਿ ਰਹੇ ਨਾ ਕੀ ਹੋਇਆ ਇਹਨਾਂ ਨੂੰ ਕਮਰੇ ਵਿੱਚ ਨਿਤੀਸ਼ ਵਰਗਾ ਭੂਤ ਦਿਖਿਆ ਨਿਤੀਸ਼ ਵਰਗਾ ਇੱਥੇ ਕੀ ਕੀ ਕਹਿ ਰਿਹਾ ਅਰੇ ਇਹ ਲੋਕ ਕਹਿ ਰਹੇ ਆ ਭੂਤ ਨਿਤੀਸ਼ ਵਰਗਾ ਦਿਖ ਰਿਹਾ ਸੀ ਭੂਤ ਹਾਂ ਯਾਰ ਮੈਂ ਆਪਣੇ ਵਰਗਾ ਇੱਕ ਬੰਦਾ ਦੇਖਿਆ ਉਹ ਇਹ ਤੇਰਾ ਭਰਮ ਹੋਊਗਾ ਨਹੀਂ ਨਹੀਂ ਮੈਂ ਵੀ ਖੁਦ ਵੇਖਿਆ ਉਸ ਰੂਪ ਵਿੱਚ ਸੀ ਹਾਂ ਯਾਰ ਮੈਂ ਖੁਦ ਵੇਖਿਆ ਉੱਥੇ ਭੂਤ ਵੂਤ ਕੁਛ ਨਹੀਂ ਸੀ ਭਾਈ ਸੱਚੀ ਜੇ ਭੂਤ ਹੋਇਆ ਤਾਂ ਉਹ ਮੈਨੂੰ ਡਰਾਉਣਾ ਬੰਦ ਕਰੋ ਯਾਰ ਵੇਖੋ ਅਸੀਂ ਇੱਥੇ ਰੁਕ ਨਹੀਂ ਸਕਦੇ ਸਾਨੂੰ ਨਿਕਲਣਾ ਚਾਹੀਦਾ ਹੈ ਪਹਿਲਾਂ ਉਸ ਕੇਅਰ ਟੇਕਰ ਨੂੰ ਕੌਣ ਦੇ ਅਰੇ ਯਾਰ ਇਹਦੇ ਨੌਨ ਵੇਜ ਲਿਆਉਂਦੇ ਚੱਕਰ 'ਚ ਉਹਨੂੰ ਦੇਰੀ ਹੋ ਗਈ ਆ ਓਏ ਭੁੱਖ ਲੱਗੀ ਸੀ ਯਾਰ ਚੁੱਪ ਕਰ ਤੁਸੀਂ ਲੋਕਾਂ ਨੂੰ ਭਰਮ ਹੋਇਆ ਹੋਣਾ ਓਹ ਅਸੀਂ ਪਾਗਲ ਆ ਕਿ ਸਾਨੂੰ ਵਹਿਮ ਹੋਏਗਾ ਤੇ ਸਾਨੂੰ ਦੋਵਾਂ ਨੂੰ ਇੱਕੋ ਹੀ ਵਹਿਮ ਹੋਵੇਗਾ ਨਿਤੀਸ਼ ਚੱਲ ਆਪਣਾ ਸਮਾਨ ਪੈਕ ਕਰ ਚੱਲ ਨਿਤੀਸ਼ ਚੱਲ ਚਲਾ ਜਾ ਹੁਣ ਤੁਹਾਨੂੰ ਲੋਕਾਂ ਨੂੰ ਮਜ਼ਾ ਆ ਰਿਹਾ ਨਾ ਪਤਾ ਨਹੀਂ ਕੀ ਮਿਲ ਰਿਹਾ ਇੱਥੇ ਘਰ ਚਲੇ ਜਾਂਦੇ ਚੁੱਪਚਾਪ ਯਾਰ ਇੱਥੇ ਸਟੇ ਕਰਨ ਲਈ ਇਹਨੇ ਤਾਂ ਕਿਹਾ ਸੀ ਨਾ ਕੁੜੀਆਂ ਨੂੰ ਨਾਲੇ ਟ੍ਰਿਪ 'ਚ ਲਾਣਾ ਹੀ ਚਾਹੀਦਾ ਹੈ ਦੋਵੇਂ ਪਾਗਲ ਹੋ ਗਏ ਨੇ ਪਤਾ ਨਹੀਂ ਕੀ ਬਕਵਾਸ ਕਰੀ ਜਾਂਦੇ ਨੇ ਇੰਨੀ ਰਾਤ ਨੂੰ ਮੈਂ ਕਿਤੇ ਨਹੀਂ ਜਾਣ ਵਾਲਾ ਇੱਥੇ ਸੌ ਰਿਹਾ ਤੂੰ ਮੇਰੇ ਨਾਲ ਉੱਤੇ ਚੱਲ ਚੈੱਕ ਕਰਦੇ ਆ ਹਾਂ ਅਰੇ ਰੂਮ 'ਚ ਚੈੱਕ ਕਰਦੇ ਯਾਰ
ਕਿੱਥੇ ਸੀ? ਉੱਥੇ ਉਸ ਕੋਰਨਰ ਵਿੱਚ ਬੈੱਡ ਦੇ ਪਿੱਛੇ। ਆ ਜਾਓ। ਪਰ ਇੱਥੇ ਤਾਂ ਕੁਝ ਵੀ ਨਹੀਂ ਆ। ਉੱਥੇ ਪਿਆ ਸੀ ਯਾਰ, ਸਿਰ ਚੋਂ ਖੂਨ ਵੀ ਨਿਕਲ ਰਿਹਾ ਸੀਗਾ। ਕੁਛ ਨਹੀਂ ਹੈ। ਕੁਛ ਨਹੀਂ ਹੈਗਾ ਯਾਰ, ਤੁਸੀਂ ਦੋਵੇਂ ਨੂੰ ਭਰਮ ਹੋਇਆ ਹੋਣਾ ਹੈ। ਅਸੀਂ ਰੂਮ ਚੋਂ ਬਾਹਰ ਨਿਕਲੇ, ਉਹ ਤੋਂ ਬਾਅਦ ਪਤਾ ਨਹੀਂ ਕਿੱਥੇ ਗਿਆ। ਤੇ ਮੈਨੂੰ ਯਾਰ, ਇੱਥੇ ਤਾਂ ਕੋਈ ਵੀ ਨਹੀਂ ਹੈ। ਦੋਵੇਂ ਬੋਲ ਰਹੇ, ਇੱਥੇ ਕੋਈ ਸੀ, ਕੋਈ ਦਿਸ ਵੀ ਨਹੀਂ ਰਿਹਾ। ਸਹੀ ਯਾਰ, ਭਾਈ ਉੱਥੇ ਕੁਝ ਵੀ ਨਹੀਂ ਗਾ। ਕਿਵੇਂ ਯਕੀਨ ਕਰਾਵਾਂ ਤੁਹਾਨੂੰ ਦੋਨਾਂ ਨੂੰ ਯਾਰ? ਕੁਝ ਚਿਰ ਆਰਾਮ ਕਰਨੇ ਆ, ਬਾਕੀ ਤਾਂ ਬਾਅਦ ਚ ਵੇਖਦੇ ਆ। ਅਜੇ ਤਾਂ ਪੀਣਾ ਸ਼ੁਰੂ ਵੀ ਨਹੀਂ ਕੀਤਾ। ਐ ਚੁੱਪ ਕਰ ਯਾਰ। ਨਾ, ਇੱਥੇ ਬਸ ਦਾਰੂ ਪੀਣ ਲਈ ਰੁਕੇ ਸੀ ਨਾ। ਓਏ ਥੋੜੀ ਬੋਲ ਯਾਰ, ਉਹ ਸੁਣ ਲੈਣਗੇ। ਤਾਂ ਸੁਣਨ ਦਿਓ। ਦੇਖ, ਅਸੀਂ ਸਾਰਿਆਂ ਨੇ ਤੈਨੂੰ ਪੁੱਛਿਆ ਸੀ ਨਾ ਯਾਰ, ਲੇਟ ਹੋ ਰਹੇ ਸੀ ਤਾਂ ਕਰਕੇ ਇੱਥੇ ਰੁਕ ਗਏ। ਕਿੱਥੇ ਫਸ ਗਏ? ਨੈਣਾ, ਪਲੀਜ਼ ਤੂੰ ਇੱਧਰ ਰੋ ਨਾ ਯਾਰ। ਬਹੁਤ ਦੇਰ ਹੋ ਗਈ, ਹੁਣ ਤੱਕ ਆਇਆ ਕਿਉਂ ਨਹੀਂ ਉਹ? ਅੱਛਾ ਰਾਜੀ, ਇੱਥੇ ਸੱਚੀ ਕੋਈ ਭੂਤ ਹੈ ਵੈ ਕਿ? ਪਾਗਲ ਹੋ ਗਿਆ ਕਿ? ਉਹ ਦੋਨਾਂ ਦਾ ਦਿਮਾਗ ਖਰਾਬ ਹੋ ਗਿਆ। ਓਏ ਹਾਂ, ਹੁਣ ਮੈਨੂੰ ਵੀ ਡਰ ਲੱਗਣ ਲੱਗਿਆ ਯਾਰ। ਪਰ ਕਿਉਂ? ਆਮਲੇਟ ਖਾਊਗਾ ਕੀ? ਰਾਜੀਵ, ਹਾਂ, ਘੰਟਾ ਕੱਟ ਨਾ। ਆ ਲੈ, ਐ ਵੀ ਲੈ ਲੈ। ਨੈਣਾ, ਮੇਰੀ ਗੱਲ ਤਾਂ ਸੁਣ। ਤੂੰ ਮੇਰੀ ਗੱਲ ਕਿਉਂ ਨਹੀਂ ਮੰਨ ਰਿਹਾ? ਮੈਂ ਇੱਥੇ ਨਹੀਂ ਰੁਕ ਸਕਦੀ, ਪਲੀਜ਼। ਪਰ ਇੰਨੀ ਰਾਤ ਨੂੰ ਆਪਾਂ ਇੱਥੋਂ ਕਿਵੇਂ ਜਾਵਾਂਗੇ? ਵਾਰੀ ਵਾਰੀ ਨਾਲ ਡਰਾਈਵ ਕਰ ਲਾਂਗੇ, ਸਾਨੂੰ ਸਾਰਿਆਂ ਨੂੰ ਡਰਾਈਵਿੰਗ ਆਉਂਦੀ ਹੈ ਨਾ, ਕੀ ਪ੍ਰੋਬਲਮ ਹੈ? ਨਿਤਿਸ਼, ਪਲੀਜ਼ ਚੱਲੀਏ ਨਾ। ਇੱਕ ਵਾਰ ਤੂੰ ਉਸ ਕੇਟ ਕਰੂ ਆਣ ਦੇ, ਠੀਕ ਹੈ? ਉਹਦਾ ਇੰਤਜ਼ਾਰ ਕਿਉਂ ਕਰ ਰਹੇ ਆ? ਚੱਲੀਏ ਨਾ ਆਪਾਂ, ਪਲੀਜ਼। ਪਰ ਬਾਕੀ ਲੋਕ ਉਹਨਾਂ ਨੂੰ ਕਿਵੇਂ ਸਮਝਾਵਾਂਗੇ? ਉਹਨਾਂ ਨੇ ਤਾਂ ਕੁਝ ਦੇਖਿਆ ਵੀ ਨਹੀਂ। ਉਹ ਤੇਰੀ ਗੱਲ ਮੰਨਣਗੇ, ਇੱਕ ਵਾਰੀ ਕਹਿ ਕੇ ਤਾਂ ਵੇਖ। ਕੌਣ ਹੈ ਤੂੰ? ਅਭੀ, ਨਕਲੀ ਹੈ ਭਾਈ, ਨਕਲੀ ਹੈ। ਚਾਕੂ ਥੱਲੇ ਕਰ। ਕੌਣ ਹੈ ਤੂੰ? ਚਾਕੂ ਥੱਲੇ ਕਰ, ਕਰ ਥੱਲੇ ਅਭੀ, ਕਰ ਥੱਲੇ ਅਭੀ, ਇੱਧਰ ਆਣਾ ਅਭੀ, ਇੱਧਰ ਆ। ਇਹ ਨਕਲੀ ਹੈ ਵੀਰੇ। ਓਏ ਓਏ ਓਏ, ਜੋ ਇੱਧਰ ਆ, ਜੋ ਇਹ ਨਕਲੀ ਹੈ, ਜੋ ਅਭੀ ਇੱਧਰ ਆਣਾ, ਅਭੀ ਰੋਲੀ ਜਗਾਏ, ਜੋਏ ਅਭੀ ਇੱਧਰ ਆਣਾ, ਇੱਧਰ ਜੋਏ, ਜੋਏ ਜੋਏ ਅਭੀ ਇੱਧਰ ਆ, ਜੋਏ ਜੋਏ ਜੋਏ। ਕੀ ਹੋਇਆ? ਅੰਦਰ ਮੇਰੇ ਵਰਗਾ ਆਦਮੀ ਹੈ, ਬਿਲਕੁਲ ਮੇਰੇ ਵਰਗਾ। ਅੰਦਰ ਕਿੱਥੇ? ਬਿਲਕੁਲ ਮੇਰੇ ਵਰਗਾ ਆਦਮੀ। ਜਾ ਜਾ ਕਰ ਵੇਖ। ਨਿਤੇਸ਼ ਅੰਦਰ ਕਿਚਰ ਚ। ਨਿਤੇਸ਼
नितेश की होया थले छेती आ इथे कोई है रजीव वर्गा ते तन्नू दिखया छेती आ ओ अंदर किचन च नितेश चलो सब जाके देख दे तो ये सारे लोग मेनू को देख रहे हो जोए वेख जाओ चेक करो ओथे कुछ भी नहीं होगा अंदर है यार तुसी मेनू एवे डरा रहे हो जा देख देख वो टेबल दे कोले तुसी भी चेक करो अरे ओथे कुछ भी नहीं है तुसी बस मेनू डरा रहे हो नाटक ना करो मेनू डराउन च बड़ा मजा आ रहा है ना भाई हां बोलो तेनू लगता मैं तेनू डरावांगा हां मैं देखया कुछ भी नहीं है असि सारे लोग डर गए भाई सुनो चलो ना प्लीज तो चल दे यार प्लीज चलो इत्थे कुछ ना कुछ तो गड़बड़ है अपनो इत्थे जाना पऊगा हुणे जल्दी डैम इट यार तुसी लोग की तो डुप्लीकेट नहीं होगे हो ना की ओ तू मेनू एदा क्यों घूर रही है आपा दोने कठे थले आए सीगे ओ यार मेरा क्रॉस पागल हो गई है के हुन अंदर आपा दोने इकट्ठे बैठे सी ना मैं तेनू कुछ क्या क्यों थे बोल सही कह रही है आपा सारे नु कुछ नहीं होया ओही तो मैं कह रहा हां फिर मेनू को डरा रहे हो बेकार च ये सब ना कर भूत अक्सर कुड़िया च हुंदा ना सही क्या ना मजाक दा वक्त देखे सुन ना प्लीज ऐ तो चल दे आ प्लीज तो केयर टेकर दा की है ओ केयर टेकर नु दसांगे की आपा नु कुछ होया ही नहीं तो उनु की दसांगे आपा पर अपने वर्गे वेखण वाले लोग जो होया वो दसांगे उनु भूत हुंदा ते अजे तक सानू नुकसान पहुंचा चुका हुंदा नैना तू साडे तो क्यों डर रही है असी भी तेरे तो डर सकते ना देखो हले तक अपने चो किसी ने कुछ नहीं होया मैं जरा फ्रेश होके आना फिर देने की करना है नीतीश की हो गया मैं भी आ रहा नहीं मैं कल्ला जाऊंगा कोई नाल होऊंगा तो हम शक्ल आजूगा ना मैं कल्ला जा रहा ठीक है जिंदा तो वापस आऊगा ना जे वो नहीं आया था कि एता बच गया सुन मैनू कंबनी दवो ना मैं नहीं आऊंगा हर बार मैनू के नाल लेके जाना है तू ही तो मैनू लेके जाना है चला जा ओ कोई ताओ मेरे नाल मैं नहीं आऊंगा टेंशन ना ले मैं चला तेरे नाल सुन अंदर कोई हैगा है कि जा खुद देख ला भाई तेरे हाथ चाकू क्यों है ਜੇ ਉੱਥੇ ਭੂਤ ਆ ਗਿਆ ਤਾਂ ਹਾਂ ਰਾਜੀਵ ਐਕਸਪੀਰੀਅਰ ਦੇ ਮੈਨੂੰ ਇੱਥੇ ਨਹੀਂ ਪੀ ਸਕਦਾ ਤੇ ਚਲੋ ਏ ਥੈਂਕ ਯੂ ਵੀਰੇ ਉਹ ਮੈਂ ਹੈਗਾ ਭਾਈ ਸਿਗਰਟ ले ओ मैं यार सिगरेट दे ओए ओए आदि ओ नकली है ओ मैं असली है यार तेरे सामने टॉयलेट गया सीगा और तेरे सामने तो मैं बाहर आया सीगा मेरे को चाकू भी है मार दे नू ले मार दे ओए ओ नकली ओनू मार ओ चाकू मैं दता ना ओनू मार की कर रहा है मार ओनू
ਮਾਰਨਾ ਚਾਕੀ ਵੀ ਇੱਕ ਦੇ ਆ ਨਾ ਓਏ ਮੈਂ ਅਸਲੀ ਆ ਉਹਨੂੰ ਮਾਰ ਮਾਰਨ ਨੂੰ ਮਾਰ ਮੈਂ ਅਸਲੀ ਆ ਕਿਹੜੇ ਟਕਰਾ ਗਿਆ ਤੁਸੀਂ ਤਾਰੇ ਲੋਕੇ ਕਿੱਥੇ ਹੋ ਮਾਰਨ ਨੂੰ ਮਾਰ ਮੈਂ ਅਸਲੀ ਆ ਉਹਨੂੰ ਮਾਰਨਾ ਮਾਰ ਕੋਈ ਹੈ ਕੀ ਮੈਂ ਅਸਲੀ ਆ ਕਿੱਥੇ ਹੋ ਉਹ ਨਕਲੀ ਹੈ ਮਾਰੇ ਨੂੰ ਮਾਰ ਕੀ ਹੋਇਆ ਕੀ ਗੱਲ ਹੈ ਦੱਸੋ ਅੰਦਰ ਕੁਝ ਗੜਬੜ ਚੱਲ ਰਹੀ ਹੈ ਕੁਝ ਦੱਸੋਗੇ ਵੇ ਜਾਇਓ ਇਹ ਬਕਵਾਸ ਕਰਦੇ ਰਹੋਗੇ ਅੰਦਰ ਤਾਂ ਚੱਲੋ ਔਰ ਠੀਕ ਨਾਲ ਪਹਿਲਾਂ ਦੱਸੋ ਤਾਂ ਸਹੀ ਅੰਦਰ ਕੋਈ ਭੂਤ ਹੈ ਭੂਤ ਨੂੰ ਵੇਖਿਆ ਕੀ ਨਹੀਂ ਮੈਂ ਤਾਂ ਨਹੀਂ ਦੇਖਿਆ ਪਰ ਇਹਨਾਂ ਲੋਕਾਂ ਨੇ ਵੇਖਿਆ ਅਸੀਂ ਦੇਖਿਆ ਸਾਡੀ ਗੱਲ ਤੇ ਯਕੀਨ ਕਰੋ ਅੱਖ ਨਾਲ ਭੂਤ ਨੂੰ ਵੇਖਿਆ ਉਹ ਮੇਰੀ ਤਰ੍ਹਾਂ ਹੀ ਦੇਖਦਾ ਮੈਂ ਸੱਚ ਕਹਿ ਰਿਹਾ ਮੈਂ ਬਿਲਕੁਲ ਮੇਰੇ ਵਰਗੇ ਇਨਸਾਨ ਨੂੰ ਹੀ ਦੇਖਿਆ ਉਹ ਭੂਤ ਹੈ ਹੋਰ ਕੋਈ ਨਹੀਂ ਹੋ ਸਕਦਾ ਤੁਸੀਂ ਚੱਲੋ ਅੰਦਰ ਜਾ ਕੇ ਦੇਖ ਲਓ ਕੁਛ ਤਾਂ ਗੜਬੜ ਹੈ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰਿਓ ਇੱਥੇ ਕੋਈ ਭੂਤ ਸ਼ੂਤ ਨਹੀਂ ਹੈਗਾ ਉੱਥੇ ਸੱਚੀ ਹੈ ਮੈਂ ਇੱਥੇ ਕਿੰਨੇ ਸਾਲਾਂ ਤੋਂ ਰਹਿਣਾ ਮੈਂ ਝੂਠ ਨਹੀਂ ਬੋਲ ਰਿਹਾ ਉਹ ਮੈਨੂੰ ਪਤਾ ਹੈ ਉੱਥੇ ਭੂਤ ਵੇਖਿਆ ਉਹ ਕੁਝ ਨਹੀਂ ਹੈ ਤੁਸੀਂ ਕੁਛ ਨਾ ਕੁਛ ਛੁਪਾ ਰਹੇ ਹੋ ਇੱਥੇ ਆ ਕੇ ਆਪਾਂ ਫਸ ਗਏ ਹਾਂ ਕੀ ਬਕਵਾਸ ਕਰੀ ਜਾਂਦੇ ਹੋ ਇੱਥੇ ਨਾ ਆਉਂਦੇ ਤਾਂ ਹੀ ਚੰਗਾ ਹੁੰਦਾ ਯਾਰ ਇਹਦੀਆਂ ਗੱਲਾਂ ਵਿੱਚ ਨਾ ਹੀ ਆਉਂਦੇ ਤਾਂ ਚੰਗਾ ਹੁੰਦਾ ਓਏ ਚਲੋ ਚੱਲ ਗਏ ਹੁਣ ਖਾਣਾ ਖਾ ਲਓ ਬਾਈ ਜਦੋਂ ਤੋਂ ਤੁਸੀਂ ਖਾਣਾ ਲੈਣ ਗਏ ਸੀ ਉਦੋਂ ਤੋਂ ਇਹ ਸਭ ਕੁਝ ਚੱਲ ਰਿਹਾ ਤੁਸੀਂ ਇੱਕ ਵਾਰ ਅੰਦਰ ਜਾ ਕੇ ਕਿਉਂ ਨਹੀਂ ਦੇਖਦੇ ਉਹ ਸਾਡੀ ਤਰ੍ਹਾਂ ਹੀ ਦੇਖਦੇ ਨੇ ਨੈਨਾ ਨੈਨਾ ਕਿੱਥੇ ਤੂੰ ਜਾ ਉੱਤਰ ਵੇਖ ਉਸ ਕਮਰੇ ਚ ਵੇਖ ਨੈਨਾ ਉਸ ਕਮਰੇ ਚ ਵੇਖ ਨਾ ਕੌਣ ਆ ਉੱਥੇ ਕੋਈ ਹੈ ਤਾਂ ਥੱਮ ਲਿਆਓ ਮੈਂ ਜਾ ਕੇ ਚੰਗੀ ਵੇਖਣਾ ਮੈਂ ਉੱਥੇ ਚੈੱਕ ਕਰ ਲਿਆ ਏ ਨੈਣਾ ਇੱਕ ਕੰਮ ਕਰ ਤੂੰ ਬਾਥਰੂਮ 'ਚ ਚੈੱਕ ਕਰ ਨੈਣਾ 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 ਮੇਰੀ ਗੱਲ ਸਮਝੋ ਕੀ ਸਮਝਣਾ ਹੈ ਤੇਜ ਤੁਹਾਡਾ ਦਿਮਾਗ ਖਰਾਬ ਹੋ ਚੁੱਕਿਆ ਹੈ ਆਖਿਰ ਤੁਸੀਂ ਚਾਹੁੰਦੇ ਕੀ ਹੋ
तुसी मेरी गल दा विश्वास करो, ए बस एक बारी अंदर जाके वेख लो। ओ पर मैं अंदर जावां क्यों? ओ चलो ना एक बारी। लेकिन क्यों, दसो तो सही। सानू नहीं समझ आ रहा कि इत्थे की हो रहा है, प्लीज साडे नाल चलो। तुसी सुनिए ना, इत्थे अजीब अजीब किस्म दी आवाजा आउंदियां ने। ए कौन आ रहा जी अंदर? आ यार नैना मिल नहीं रही है। चलो। ओ किथे जा रहे हो तुसे? नैना नैना किथे है तू? नैना भाई की कर रही है? ओ परा हो जा, ओ गल तो सुन। ओ की होया? ओ गल की होई बेटी? छेती नाल अंदर बैठो, छेती नाल अंदर बैठो। नैना नैना किथे जा रही है? नैना रुक जा, नैना नैना रुक जा, नैना नैना वापस आ जा, नैना रुक जा, नैना नैना रुक जा, किथे जा रही है? नैना रुक जा, ना जा यार, छड़ के ना जा। नैना कल सुन ले, नैना आखिर गल की होए बेटी, तू इधर रो क्यों रही है? उन लोगों ने तू थोड़े नाल कुछ किता पानी दसो बेटी? रो ना बेटी, की होया दसा सही, दसा सही की होया? मैं दस सकती है तू दस। तुहाडी जीप किथे है? ਮੇਰੀ ਜੀਪ ਉਹਦਾ ਰਸਤੇ ਚ ਖਰਾਬ ਹੋ ਗਈ ਸੀ, ਉੱਥੇ ਰਸਤੇ ਚ ਉੱਥੇ ਰਸਤੇ ਚ ਖੜੀ ਕਰਕੇ ਆ ਗਿਆ। ਇੱਕ ਕੰਮ ਕਰ, ਮੈਨੂੰ ਮੇਰੀ ਜੀਪ ਤੇ ਛੱਡ ਦੇ, ਚੱਲ ਰੋ ਨਾ। ਪੁਲਿਸ ਸਟੇਸ਼ਨ ਕਿੱਥੇ ਹੈ? ਪੁਲਿਸ ਸਟੇਸ਼ਨ ਤਾਂ ਬਹੁਤ ਦੂਰ ਹੈ। ਕਿੱਥੇ ਹੈ? ਸਿੱਧਾ ਜਾ ਕੇ ਇੱਥੋਂ, ਸਿੱਧਾ 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 ਜਾ, ਇੱਕਦਮ ਸਿੱਧਾ ਸਿੱਧਾ ਚੱਲੋ। ਸਰ ਹਾਂ ਬੋਲ। ਇਹਨੂੰ ਮੈਂ ਹੁਣੇ ਹਟਾ ਦਿੰਦਾ ਹਾਂ। ਕੀ ਹੋ ਗਿਆ ਸੀ? ਕੁਝ ਨਹੀਂ ਸਰ, ਤੁਸੀਂ ਪਰੇਸ਼ਾਨ ਨਾ ਹੋ, ਬਸ ਥੋੜ੍ਹੀ ਜਿਹੀ ਸਰਦੀ ਖਾਂਸੀ ਹੋ ਗਈ ਸੀ, ਇਸੇ ਵਜ੍ਹਾ ਕਰਕੇ। ਉਹ ਕੋਈ ਗੱਲ ਨਹੀਂ, ਠੀਕ ਹੈ ਸਰ, ਤੂੰ ਉਹਦਾ ਧਿਆਨ ਰੱਖੀ, ਮੈਂ ਦੇਖ ਲੂੰਗਾ। ਹਾਂ ਹਾਂ ਸਰ, ਬਿਲਕੁਲ ਰੱਖਾਂਗਾ, ਥੋੜ੍ਹਾ ਕਾਲਾ ਬਣਾ ਕੇ ਪਿਲਾਵਾਂਗਾ, ਸਭ ਕੁਝ ਵਧੀਆ ਹੋ ਜਾਊਗਾ। ਹਾਂ ਟੈਨਸ਼ਨ ਦੀ ਕੋਈ ਗੱਲ ਨਹੀਂ ਸਰ, ਤੁਸੀਂ ਬਿਲਕੁਲ ਟੈਨਸ਼ਨ ਨਾ ਲਵੋ, ਮੈਂ ਸਭ ਕੁਝ ਸੰਭਾਲ ਲਵਾਂਗਾ। ਵੈਸੇ ਗੈਸਟ ਆਉਣੇ ਸ਼ੁਰੂ ਹੋ ਗਏ ਹੈ ਕਿ? ਹਾਲੇ ਤਾਂ ਸ਼ੁਰੂ ਹੋਏ ਨਹੀਂ। ਅੱਛਾ ਠੀਕ ਹੈ, ਫੋਨ ਚੁੱਕ, ਮੇਰੀ ਵੋਟੀ ਦਾ ਫੋਨ ਹੈ। ਹਾਂ ਚੱਕ। ਹੈਲੋ ਕੀ ਹੋਇਆ? ਹੈਲੋ ਹਾਂ ਬੋਲ ਨਾ, ਤੂੰ ਕੋਈ ਦਵਾਈ ਦੇ ਦੇ ਉਹਨੂੰ। ਹਾਂ ਮੈਂ ਇੰਨਾ ਛੇਤੀ ਕਿੱਦਾਂ ਆ ਜਾਵਾਂਗਾ, ਮੈਂ ਤੇਰੇ ਤੋਂ ਬਹੁਤ ਦੂਰ ਹੈਗਾ। ਹੁਣ ਤੂੰ ਫੋਨ ਰੱਖ, ਮੈਂ ਤੇਰੇ ਕੋਲ ਬਾਅਦ 'ਚ ਕਾਲ ਕਰਨਾ। ਇੱਥੇ ਸਫਾਈ ਕਰਾਉਣੀ ਪਊ ਸਰ, ਜੇ ਮੈਂ ਬਾਅਦ 'ਚ ਆ ਕੇ ਸਫਾਈ ਕਰ ਦੇਵਾਂ, ਘਰ ਦੇ 'ਚ ਬੱਚੀ ਦੀ ਤਬੀਅਤ ਖਰਾਬ ਹੈਗੀ ਹੈ। ਹਾਂ ਜਾ ਡਾਕਟਰ ਦੇ ਕੋਲ ਲੈ ਜਾ, ਠੀਕ ਹੈ। ਹਾਂ ਮੈਂ ਆ ਕੇ ਸਫਾਈ ਕਰਨਾ ਸਰ, ਮੇਰੀ ਧੀ ਲਈ ਪ੍ਰੇ ਕਰਨਾ ਤੁਸੀਂ। ਸੁਣੋ ਜੀ, ਇਹ ਤਾਂ ਆਪਣੀ ਅੱਖਾਂ ਘੁਮਾ ਰਹੀ ਹੈ, ਮੈਨੂੰ ਡਰ ਕੁਝ ਨਹੀਂ ਹੋਊਗਾ, ਬਸ ਥੋੜੀ ਹੀ ਦੂਰ ਹੈ, ਅਸੀਂ ਚੱਲ ਰਹੇ ਹਾਂ ਨਾ ਡਾਕਟਰ ਕੋਲ, ਚਿੰਤਾ ਨਾ ਕਰ, ਕੁਝ ਨਹੀਂ ਹੋਊਗਾ ਇਹਨੂੰ। ਉਹ ਤੂੰ ਇਹਨੂੰ ਇਨਹੇਲਰ ਕਿਉਂ ਨਹੀਂ ਦੇ ਰਹੀ? ਉਹ ਤਾਂ ਆਪਾਂ ਖਰੀਦਣਾ ਹੀ ਭੁੱਲ ਗਏ। ਹੁਣ ਕੀ ਕਰਾਂ? ਦੇਖ ਬਸ ਤੂੰ ਰੱਬ ਤੋਂ ਹੁਣ ਬਿੰਤੇ ਕਰ, ਇਹਨੂੰ ਕੁਝ ਨਹੀਂ ਹੋਊਗਾ, ਛੂ ਕੇ ਦੇਖ ਕਿਤੇ ਹੱਥ ਠੰਡੇ ਤਾਂ ਨਹੀਂ ਹੋ ਗਏ। Thank you.
माँ 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 मेरे डर लग रहा है कुछ नहीं होएगा तेरे पुत्र सब ठीक हो जाएगा हाँ हाँ भाई सभी हो गया तू क्यों आ गया सुनिए मेरी बेटी दी सांस रुक रही है डॉक्टर साहब हैगी की कितने है तो आड़ी कुड़ी हाँ गड्डी जी हैगी की उन्हें बहुत बुखार है हाँ उन्हें तेज बुखार है ओहो ये तो बड़ा कॉम्प्लिकेटेड केस है तो अनु पता नहीं है कि तेज बुखार होवे तो हॉस्पिटल विच एडमिट करना चाहिए है मैडम ओ सा नहीं ले पा रही थी ता करके मोनू डायरेक्ट इधर आया ठीक है साइड ते हो जो एदा ना करो सिस्टर प्लीज एक बार देख ता लो अक्सर उन्हें अस्थमा दा अटैक आंदा रहंदा ओदा शरीर ठंडा पै चुका है एक बार देख ता लो पहला ਅਸੀਂ ਉਹਨੂੰ ਵੇਖ ਵੀ ਲਵਾਂਗੇ ਤਾਂ ਕੋਈ ਫਾਇਦਾ ਨਹੀਂ ਹੈ ਪਹਿਲਾਂ ਉਹਦੇ ਟੈਸਟ ਕਰਨੇ ਹੋਣਗੇ ਤੇ ਟੈਸਟ ਵਾਲੀ ਇੱਥੇ ਕੋਈ ਵੀ ਫੈਸਿਲਿਟੀ ਨਹੀਂ ਹੈ ਮੈਂ ਐਂਬੂਲੈਂਸ ਬੁਲਾ ਦਿੰਦੀ ਹਾਂ ਉਦੋਂ ਤੱਕ ਡਾਕਟਰ ਦਾ ਵੇਟ ਕਰੋ ਕੁਝ ਕੀਜੇ ਨਾ ਮੈਡਮ ਆ ਜਾ ਪੁੱਤ ਆ ਜਾ ਪੁੱਤ ਮੈਂ ਕੀ ਕਰਾਂ ਕੁਝ ਨਹੀਂ ਹੋਏਗਾ ਪੁੱਤ ਇੱਥੇ ਆਰਾਮ ਕਰ ਮੈਂ ਆਉਂਦੀ ਆ ਸਿਸਟਰ ਵੇਖੋ ਨਾ ਜੇ ਤੁਸੀਂ ਕੁਝ ਕਰ ਸਕੋ ਤੁਸੀਂ ਦੱਸੋ ਮੈਂ ਕੀ ਕਰਾਂ ਕੁਝ ਵੀ ਕਰੋ ਸੁਣੋ ਜੀ ਕੀ ਹੋਇਆ ਉਹਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ ਤੁਸੀਂ ਆਓ ਨਾ ਡਾਕਟਰ ਇੱਕ ਵਾਰੀ ਉਹਦੇ ਕੋਲ ਜਾ ਸਿਸਟਰ ਮੈਂ ਕੁਝ ਨਹੀਂ ਕਰ ਸਕਦੀ ਡਾਕਟਰ ਦੇ ਆਉਣ ਦਾ ਵੇਟ ਕਰੋ ਬਸ ਕੁਝ ਨਹੀਂ ਹੋਏਗਾ ਉਹਨੂੰ ਡਾਕਟਰ ਆਉਂਦੀ ਹੋਣੀ ਹੈ ਡਾਕਟਰ ਮੈਡਮ ਕਦੋਂ ਆਉਣਗੇ ਚਿੰਤਾ ਨਾ ਕਰ ਪੁੱਤ ਸਭ ਠੀਕ ਹੋ ਜਾਊਗਾ ਕੁਝ ਨਹੀਂ ਹੋਏਗਾ ਤੈਨੂੰ ਕੀ ਹੋਇਆ ਧੀਏ ਸਭ ਠੀਕ ਹੋ ਜਾਊਗਾ ਹੁਣ ਕੀ ਕਰੀਏ ਕੋਈ ਆ ਵੀ ਨਹੀਂ ਰਿਹਾ ਹੈ ਓ ਭਾਈ ਸਾਹਿਬ ਇੱਧਰ ਆਓ ਇਸ ਪਾਸਿਓ ਸੁਣੋ ਜੀ ਇਹਨੂੰ ਵੇਖੋ ਨਾ ਕੀ ਹੋਇਆ ਬੇਟਾ ਉਹਨਾਂ ਨੂੰ ਬੋਲੋ ਇਹਨੂੰ ਵੇਖਣ ਦੇ ਲਈ ਕਦੋਂ ਤੱਕ ਅਸੀਂ ਐਵੇਂ ਹੀ ਵੇਟ ਕਰਦੇ ਰਵਾਂਗੇ ਉਹ ਪੁੱਤ ਪੁੱਤ ਹੁਣ ਵੇਖਣਾ ਆ ਪਰ ਆ ਓਏ ਰੁਕ ਕਿੱਥੇ ਜਾ ਰਿਹਾ ਤੂੰ ਓਏ ਫਿਰ ਤੂੰ ਆ ਰਿਹਾ ਹੈ ਰਵੀ ਗੇਟ ਬੰਦ ਕਰ ਯੈਸ ਮੈਮ ਸਰ ਸਰ ਰੁਕੋ ਫਿਰ ਇੱਕ ਸੈਕਿੰਡ ਖੜ ਜਾਓ ਸਰ ਇੱਕ ਸੈਕਿੰਡ ਰੁਕ ਜਾਓ ਮੇਰੀ ਧੀ ਦੀ ਤਬੀਅਤ ਬਹੁਤ ਖਰਾਬ ਹੈ ਡਾਕਟਰ ਨੂੰ ਕਹਿ ਦੋ ਇੱਕ ਵਾਰੀ ਆ ਕੇ ਦੇਖ ਲੈ ਜੇ ਉਹ ਇੱਕ ਵਾਰੀ ਆ ਕੇ ਉਹਨੂੰ ਦੇਖ ਲਵਾਂਗੇ ਪਲੀਜ਼ ਇੱਕ ਵਾਰੀ ਬਹੁਤ ਤਬੀਅਤ ਖਰਾਬ ਮੇਰੀ ਕੁੜੀ ਦੀ ਪਲੀਜ਼ ਤੂੰ ਇੱਕ ਵਾਰੀ ਕਹਿ ਦੋ ਉਹਨੂੰ ਐਂਬੂਲੈਂਸ ਆਉਂਦੀ ਹੋਏਗੀ ਤਦ ਤੱਕ ਉਹਨੂੰ ਕੁੜੀ ਨੂੰ ਕਿੱਦਾਂ ਸੰਭਾਲਾਂਗਾ ਤੁਸੀਂ ਦੱਸੋ ਬਸ ਇੱਕ ਵਾਰੀ ਪਲੀਜ਼ ਸਿਸਟਰ ਇੱਕ ਵਾਰੀ ਉਹਨਾਂ ਰਿਕੁਐਸਟ ਕਰੋ ਮੇਰੀ ਕੁੜੀ ਨੂੰ ਇੱਕ ਵਾਰ ਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਇੰਨਾ ਸੀਰੀਅਸ ਕੇਸ ਅਸੀਂ ਨਹੀਂ ਲੈ ਸਕਦੇ ਸਾਡੇ ਹਸਪੀਟਲ ਵਿੱਚ ਫੈਸਿਲਿਟੀ ਨਹੀਂ ਹੈ ਤਾਂ ਇੱਥੇ ਬੋਰਡ ਤੇ ਹਸਪੀਟਲ ਕੋ ਲਿਖਿਆ ਹੋਇਆ ਹੈ ਹਾਂ ਕੀ ਹੈ ਸਭ ਹਰਾਲਾ ਨਾ ਪਾ ਕੁੜੀ ਨੂੰ ਕੁਝ ਹੋਇਆ ਨਾ ਮੈਂ ਅੱਗ ਲਗਾ ਦਾਂਗਾ ਇੱਥੇ ਸਾਨੂੰ ਧਮਕੀ ਨਾ ਦੇ ਨਹੀਂ ਤਾਂ ਪੁਲਿਸ ਬੁਲਾ ਲੂੰਗਾ ਉਹ ਬੁਲਾ ਪੁਲਿਸ ਨਾ ਤੂੰ ਬੁਲਾ ਚੱਲ ਛੇਤੀ ਬੁਲਾ ਪੁਲਿਸ ਤੇ ਧਮਕੀ ਦੇ ਰਿਹਾ ਹੈ ਚੱਲ ਛੇਤੀ ਸਾਥ ਉਹਨਾਂ ਨੂੰ ਐਵੇਂ ਨਾ ਕਰੋ ਬੁਲਾ ਉਹਨਾਂ ਨੂੰ ਇੱਥੇ ਗੁੰਡਾਗਰਦੀ ਨਾਲ ਕੁਝ ਨਹੀਂ ਹੋਣ ਵਾਲਾ ਇਹਦੇ ਨਾਲ ਸਿਰਫ ਤੁਹਾਡਾ ਨੁਕਸਾਨ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਹਾਂ ਸਾਡੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਹੋਰ ਕੋਈ ਉਪਾਅ ਲੱਭੋ ਪਲੀਜ਼ ਜਾਓ ਇੱਥੋਂ ਪਲੀਜ਼ ਇੱਕ ਵਾਰ ਦੇਖ ਲਿਓ ਮੇਰੀ ਕੁੜੀ ਨੂੰ ਪਲੀਜ਼ ਮੇਰੀ ਬੱਚੀ ਬਹੁਤ ਬਿਮਾਰ ਹੈ ਤੁਸੀਂ ਪਲੀਜ਼ ਵੇਟ ਕਰੋ ਉਹਨੂੰ ਕੁਝ ਨਹੀਂ ਹੋਏਗਾ ਚਿੰਤਾ ਨਾ ਕਰੋ ਐਂਬੂਲੈਂਸ ਬਸ ਆਉਂਦੀ ਹੋਏਗੀ ਰਵੀ ਗੇਟ ਖੋਲ ਠੀਕ ਹੈ ਮੈਂ ਚਲੋ ਸਾਰੇ ਸਾਈਡ ਤੇ ਹੋ ਜਾਓ ਕੋਈ ਵੀ ਗੇਟ ਦੇ ਕੋਲ ਨਹੀਂ ਜਾਏਗਾ ਸਿਸਟਰ ਕੁਝ ਕਰ ਸਕਦੇ ਆ ਕਿ ਅਸੀਂ ਕੀ ਕਰ ਸਕਦੇ ਆ ਪਤਾ ਕਰੋ ਕਿ ਐਂਬੂਲੈਂਸ ਕਿੱਥੇ ਹੈ ਸੁਣੋ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਸ਼ਾਇਦ ਉਹ ਤੁਹਾਡੀ ਮਦਦ ਕਰ ਦੇਣ ਜਾਓ ਉਹ ਮੇਰੀ ਮਦਦ ਕਰਨਗੇ ਡਾਕਟਰ ਉਹ ਲੋਕ ਬਹੁਤ ਦੇਰ ਤੋਂ ਵੇਟ ਕਰ ਰਹੇ ਨੇ ਉਹਨਾਂ ਦੀ ਬੇਟੀ ਦੀ ਤਬੀਅਤ ਬਹੁਤ ਖਰਾਬ ਹੈ ਤੁਸੀਂ ਵੇਖਿਆ ਨਹੀਂ ਮੈਂ ਤਾਂ ਨਹੀਂ ਵੇਖਿਆ ਨਹੀਂ ਅਸੀਂ ਲੋਕ ਇੱਥੇ ਇੰਤਜ਼ਾਰ ਕਿਦਾਂ ਕਰ ਰਹੇ ਹਾਂ ਮੈਡਮ ਬੈਗ ਤੁਸੀਂ ਗਲਵਸ ਲਿਆ ਕੇ ਦਿਓ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਹੈ ਪਰ ਉਹ ਵੀ ਹਾਲੇ ਤੱਕ ਨਹੀਂ ਆਇਆ ਅਸੀਂ ਤੁਹਾਡਾ ਹੀ ਵੇਟ ਕਰ ਰਹੇ ਸੀ ਘੱਟੋ ਘੱਟ ਤੂੰ ਚੈੱਕ ਤਾਂ ਕਰ ਸਕਦੀ ਸੀ ਅਸੀਂ ਸੋਚਿਆ ਕਿ ਤੁਸੀਂ ਆਓਗੇ ਤਾਂ ਡਾਕਟਰ ਕਿੰਨੇ ਦਿਨਾਂ ਤੋਂ ਬੁਖਾਰ ਹੈ ਤੂੰ ਪਿੱਛੇ ਹਟ ਮੈਡਮ ਇੱਕ ਦੋ ਦਿਨਾਂ ਤੋਂ ਬਹੁਤ ਤੇਜ਼ ਬੁਖਾਰ ਹੈ ਹੁਣ ਹਾਲਤ ਜ਼ਿਆਦਾ ਖਰਾਬ ਹੈ
देर करोगे तो रिस्क वधेगा। सीधा हॉस्पिटल जाओ, समझ गए ना? जी डॉक्टर। ਜਦ ਤੱਕ ਇਹਨਾਂ ਨੂੰ ਸਬਕ ਨਹੀਂ ਸਿਖਾਉਂਦੇ ਨਾ, ਸੁਧਰਦੇ ਨਹੀਂ। ਯਾਰ ਉਹਦੇ ਵਿੱਚ ਲੋਕ ਬੈਠੇ ਹੋਏ ਸੀ। Oh.
देखो ये अस कुछ नहीं कर सकते, एम्बुलेंस नूं फोन कर दें। तुसी ठीक तो ना? की होया? की होया? की होया? हाँ, की होया? बेहोश हो गए? Oh.
ਚਲਾਂਗਾ। ਚਲੋ ਚੱਲਦਾ।